ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਲਓ ਜੀ, ਫਾਈਨਲੀ ਆਪਾਂ ਸੈਟਅਪ ਕਰ ਲਿਆ ਆਪਣਾ ਸਾਰਾ, ਅਤੇ ਅੱਜ ਆਪਾਂ ਡਿਟੇਲ 'ਚ ਦਾਂਗੇ ਵੀਡੀਓ ਤੁਹਾਨੂੰ, ਕਿਹੜਾ ਕਿਹੜਾ ਸਮਾਨ ਕਿੱਥੇ ਪਿਆ, ਕਿੱਦਾਂ ਯੂਜ਼ ਕਰਦੇ ਹਾਂ, ਅਤੇ ਆਪਣਾ ਜਿਹੜਾ ਕੈਮਰਾ ਸਟੈਂਡ ਹੈ, ਲਾਈਟਿੰਗ ਵਗੈਰਾ ਸਭ ਕੁਝ ਤੁਹਾਨੂੰ ਡਿਟੇਲ 'ਚ ਦੱਸਾਂਗੇ ਅੱਜ ਦੀ ਵੀਡੀਓ 'ਚ। ਸਭ ਤੋਂ ਪਹਿਲਾਂ ਤੁਸੀਂ ਆਪਣੇ ਟਰੈਕਟਰ ਵੇਖ ਸਕਦੇ ਹੋ, ਸਟੈਂਡ ਦੇ ਉੱਤੇ ਆਪਾਂ ਇੱਕ ਰੱਖੇ ਹੋਏ ਨੇ ਸਾਰੇ, ਅਤੇ ਕੁਛ ਕੁ ਸਾਫ਼ ਨੇ ਅਤੇ ਕੁਛ ਕੁ ਅਜੇ ਸਾਫ਼ ਕਰਨ ਵਾਲੇ ਪਏ ਨੇ, ਉਹ ਅਜੇ ਕੀਤੇ ਹੀ ਨਹੀਂ ਗੇ ਸਾਫ਼ ਆਪਾਂ, ਅਤੇ ਬਾਕੀ ਉਂਝ ਸਾਰੇ ਆਪਾਂ ਇੱਥੇ ਰੱਖੇ ਹੋਏ ਨੇ ਟਰੈਕਟਰ। ਉਸ ਤੋਂ ਉੱਤੇ ਤੁਸੀਂ ਵੇਖ ਸਕਦੇ ਹੋ ਆਪਣਾ ਸਿਲਵਰ ਪਲੇ ਬਟਨ ਲੱਗਾ ਹੋਇਆ, ਉਹਨੂੰ ਆਪਾਂ ਨਹੀਂ ਹਿਲਾਇਆ, ਉੱਥੇ ਹੀ ਲੱਗਾ ਹੋਇਆ ਜਿੱਥੇ ਪਹਿਲਾਂ ਲੱਗਾ ਸੀ ਨਾ, ਉੱਥੇ ਲੱਗਾ ਹੋਇਆ, ਆਪਾਂ ਚੇਂਜ ਨਹੀਂ ਕੀਤਾ ਕੁਛ ਵੀ। ਅਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਵਾਇਰਿੰਗ ਵਾਲਾ ਸਿਸਟਮ ਸੀਗਾ, ਫੱਟੀਆਂ ਵਗੈਰਾ ਲਾਈਟ ਵਾਲੀਆਂ, ਉਹ ਆਪਾਂ ਚੇਂਜ ਕੀਤੀਆਂ ਨੇ ਜੀ। ਆਹ ਜਿਹੜੀ ਫੱਟੀ ਹੈ ਪਹਿਲਾਂ ਡਾਇਰੈਕਟ ਲਾਈਟ ਵਾਲੀ, ਜਿਹੜੀ ਇਨਵੈਟਰ 'ਤੇ ਨਹੀਂ ਗਈ, ਉਹ ਪਹਿਲਾਂ ਇੱਥੇ ਲੱਗੀ ਹੋਈ ਸੀ ਇਸ ਥਾਂ 'ਤੇ, ਇਹ ਜਿਹੜੇ 'ਤੇ, ਅਤੇ ਉਹਨੂੰ ਆਪਾਂ ਪੱਟ ਕੇ ਇੱਥੇ ਕਰ ਲਿਆ ਵਾਪਸ, ਕਿਉਂਕਿ ਇੱਥੇ ਆਪਾਂ ਆਪਣੀ ਵੈਲਡਿੰਗ ਵਾਲੀ ਮਸ਼ੀਨ ਹੈ ਅਤੇ ਗ੍ਰੈਂਡਰ ਡਰਿੱਲ ਵਗੈਰਾ ਉਹ ਇੱਥੇ ਚਲਾਉਂਦੇ ਹਾਂ ਆਪਾਂ, ਇਸ ਕਰਕੇ ਆਹ ਜਿਹੜਾ ਮੇਜ਼ ਆਪਾਂ ਇਸ ਕੰਮ ਲਈ ਰੱਖ ਲਿਆ ਹੁਣ ਇੱਥੇ, ਇਹਦੇ ਉੱਤੇ ਆਪਾਂ ਜਿੰਨਾ ਵੀ ਹੈਵੀ ਕੰਮ ਹੈ ਉਹ ਕਰਾਂਗੇ ਇਸ ਮੇਜ਼ ਦੇ ਉੱਤੇ ਹੀ। ਅਤੇ ਆਹ ਤੁਸੀਂ ਫੱਟੀ ਵੇਖ ਸਕਦੇ ਹੋ ਲਾਈ ਹੋਈ ਹੈ, ਅਤੇ ਜਿਹੜੀ ਫੱਟੀ ਇੱਥੇ ਲੱਗੀ ਹੋਈ ਸੀਗੀ ਇਨਵੈਟਰ ਵਾਲੀ ਸੀ ਜਿਹੜੀ, ਅਤੇ ਉਹਨੂੰ ਆਪਾਂ ਜਿਹੜਾ ਤਾਰ ਜਿਹੜੀ ਵੱਡੀ ਕਰਕੇ ਥੋੜ੍ਹੀ ਜਿਹੀ, ਅਤੇ ਆਪਾਂ ਆਪਣੇ ਮੇਜ਼ ਉੱਤੇ ਲਾ ਲਿਆ ਮੇਨ। ਇੱਥੇ ਆਪਾਂ ਜਿਹੜੀ ਆਪਣੀ ਸੋਲਡਰਿੰਗ ਵਾਲੀ ਮਸ਼ੀਨ ਹੈ, ਅਤੇ ਗਲੂ ਗਨ, ਹੇਅਰ ਡਰਾਇਰ ਜਿਹੜਾ ਆਪਣਾ ਪਲਾਸਟਿਕ ਗਰਮ ਕਰਨ ਲਈ ਜਿਹੜਾ ਯੂਜ਼ ਕਰਦੇ ਹਾਂ ਆਪਾਂ, ਉਸ ਤੋਂ ਇਲਾਵਾ ਜਿਹੜਾ ਆਪਣਾ ਚਾਰਜਰ ਹੈ ਉਹ ਉੱਥੇ ਰੱਖਿਆ ਹੋਇਆ, ਅਤੇ ਉਹਦੀ ਤਾਰ ਵੀ ਇੱਥੇ ਲਾਈ ਹੋਈ ਹੈ। ਆਖੋ ਜਿੱਦਾਂ ਆਪਾਂ ਇੱਥੇ ਔਨ ਕਰਦੇ ਹਾਂ, ਅਤੇ ਆਪਣਾ ਜਿਹੜਾ ਚਾਰਜਰ ਹੈ ਉਹ ਵੀ ਇੱਧਰ ਔਨ ਹੋ ਚੁੱਕਿਆ, ਅਤੇ ਆਪਾਂ ਇਹਨੂੰ ਔਫ ਕਰ ਲੈਂਦੇ ਹਾਂ ਇੱਥੋਂ, ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਜਿੰਨਾ ਵੀ ਸਮਾਨ ਹੈ ਆਪਣਾ ਉੱਥੇ ਪਿਆ ਸੀ, ਉਹ ਸਾਰਾ ਆਪਾਂ ਇੱਥੇ ਸੈੱਟ ਕਰ ਲਿਆ, ਉਹ ਤੁਹਾਨੂੰ ਹੌਲੀ ਹੌਲੀ ਡਿਟੇਲ 'ਚ ਵੀਡੀਓ 'ਚ ਮੈਂ ਦੱਸਾਂਗਾ ਸਾਰਾ ਕੁਛ, ਠੀਕ ਹੈ ਜੀ। ਕਿਹੜੇ ਡੱਬੇ 'ਚ ਕੀ ਸਮਾਨ ਆਪਾਂ ਕਿੱਦਾਂ ਰੱਖਿਆ ਹੋਇਆ। ਆਹ ਫਿਲਹਾਲ ਟਰੈਕਟਰ ਸੀ, ਇਹ ਮੈਂ ਠੀਕ ਕਰ ਰਿਹਾ ਸੀਗਾ, ਇਹ ਆਪਣਾ ਵਾਇਰਲੈਸ ਜਿਹੜਾ ਟਰੈਕਟਰ ਹੈ, ਰਿਮੋਟ ਕੰਟਰੋਲ 'ਤੇ ਚੱਲਦਾ, ਜਿਹੜਾ ਥੋੜ੍ਹਾ ਖਰਾਬ ਹੋ ਗਿਆ ਸੀ ਕੱਦੂ ਚਲਾਇਆ ਸੀ ਆਪਾਂ, ਬਾਕੀ ਹੁਣ ਠੀਕ ਹੈ, ਤੁਹਾਨੂੰ ਅੱਗੇ ਚਲਾ ਕੇ ਵਿਖਾਵਾਂਗੇ ਇਹਨੂੰ ਵੀ। ਜਿਹੜਾ ਫਾਸਟ ਟਰੈਕਟਰ, ਯਾਨੀ ਕਿ ਪਾਵਰ ਵਾਸਤੇ ਨਹੀਂ, ਸਪੀਡ ਵਾਸਤੇ ਬਣਾਇਆ ਸੀ ਆਪਾਂ ਭੱਜਣ ਵਾਸਤੇ, ਅਤੇ ਬਹੁਤ ਵਧੀਆ ਕੰਮ ਕਰਦਾ ਇਹ ਵੀ, ਤੁਹਾਨੂੰ ਅੱਗੇ ਵਿਖਾਵਾਂਗੇ। ਉਸ ਤੋਂ ਇਲਾਵਾ ਤੁਸੀਂ ਆਪਣੇ ਆਪਣੇ ਪੀਜ਼ਾ ਵਾਲੇ ਡੱਬੇ ਵੀ ਤੁਸੀਂ ਵੇਚ ਸਕਦੇ ਹੋ, ਇਹਨਾਂ ਦੇ ਵਿੱਚ ਵੀ ਆਪਾਂ ਸਮਾਨ ਪਾਇਆ ਹੋਇਆ, ਅੱਡੋ ਅੱਡ ਜੋ ਵੀ ਸਮਾਨ ਦੀ ਲੋੜ ਪੈਂਦੀ ਹੈ ਉਹ ਇਹਦੇ 'ਚੋਂ ਕੱਢ ਲਈਦਾ, ਜਿੱਦਾਂ ਕਿ ਮੋਟਰਾਂ ਵਗੈਰਾ ਨੇ, ਅਤੇ ਥੱਲੜੇ ਵਾਲੇ ਡੱਬਿਆਂ 'ਚ ਇਹਦੇ ਵਿੱਚ ਜਿਹੜੇ ਆਪਣੀਆਂ ਬੈਟਰੀਆਂ ਵਗੈਰਾ ਅਤੇ ਜਿਹੜੇ ਵਾਇਰਲੈਸ ਟਰਾਂਸਮੀਟਰ ਨੇ, ਰਿਸੀਵਰ ਨੇ, ਉਹ ਪਏ ਹੋਏ ਨੇ ਸਾਰੇ। ਅਤੇ ਉਸ ਤੋਂ ਇਲਾਵਾ ਇੱਕ ਹੋਰ ਡੱਬਾ ਰਹਿ ਗਿਆ ਆਪਣਾ ਪੀਜ਼ਾ ਵਾਲਾ, ਉਹ ਵੀ ਵਿਖਾ ਦਿੰਦਾ। ਇਹਦੇ ਵਿੱਚ ਆਪਣੇ ਕਨੈਕਟਰ ਨੇ ਸਾਰੇ, ਤਾਰਾਂ ਵਾਲੇ ਜਿੰਨੇ ਵੀ ਨੇ, ਮਾਈਨਸ ਪਲੱਸ ਵਾਲੇ, ਇਹ ਸਾਰੇ ਇਹਦੇ ਵਿੱਚ ਰੱਖੇ ਹੋਏ ਨੇ, ਲੋਡ ਪਈ ਦੀ ਇੱਥੋਂ ਕੱਢ ਲਈਦੇ ਆ। ਅਤੇ ਉਸ ਤੋਂ ਇਲਾਵਾ ਇੱਥੇ ਤੁਸੀਂ ਇੱਕ ਆਪਣਾ ਬਾਕਸ ਵੇਖ ਸਕਦੇ ਹੋ ਛੋਟਾ, ਇਹਦੇ ਵਿੱਚ ਆਪਣੇ ਛੋਟੇ ਨਟ ਨੇ, ਜਿੰਨੇ ਵੀ ਆਪਾਂ ਯੂਜ਼ ਕਰਦੇ ਹਾਂ ਨਿੱਕੇ ਨਿੱਕੇ ਨਟ, ਜਾਂ ਟਰੈਕਟਰਾਂ ਦੇ ਵਿੱਚੋਂ ਜਿਹੜੇ ਖੁੱਲ੍ਹ ਦੇਣੇ ਨਟ, ਕਈ ਵਾਰੀ ਉਹਨਾਂ ਦੀ ਲੋੜ ਨਹੀਂ ਪੈਂਦੀ, ਕੱਸੀ ਦੇਣੀ ਉਹ ਵਾਪਸ ਇਹਦੇ ਵਿੱਚ ਹੀ ਰੱਖ ਦੇਈਦਾ, ਅਤੇ ਬਹੁਤ ਕੰਮ ਹੁੰਦੇ ਆ ਛੋਟੇ ਛੋਟੇ ਨਟ, ਇਸ ਕਰਕੇ ਆਪਾਂ ਅੱਡ ਡੱਬੀ ਲਾਈ ਹੋਈ ਇਹਦੀ। ਅਤੇ ਉਸ ਤੋਂ ਇਲਾਵਾ ਇੱਕ ਆਹ ਡੱਬਾ ਵੇਖ ਸਕਦੇ ਹੋ ਤੁਸੀਂ, ਇਸ ਦੇ ਵਿੱਚ ਆਪਣੇ ਜਿੰਨੇ ਵੀ ਬੈਰਿੰਗ ਆਪਾਂ ਯੂਜ਼ ਕਰਦੇ ਹਾਂ ਉਹ ਤੁਹਾਨੂੰ ਮਿਲ ਜਾਣਗੇ। ਦੇਖੋ ਜੀ, ਅੱਡੋ ਅੱਡ ਸਾਈਜ਼ ਦੇ ਬੈਰਿੰਗ ਨੇ। ਅਤੇ ਉਸ ਤੋਂ ਇਲਾਵਾ ਜਿਹੜੇ ਆਪਣੇ ਗ੍ਰੈਂਡਰ ਦੇ ਗੇਅਰ ਆਪਾਂ ਯੂਜ਼ ਕਰਦੇ ਹਾਂ ਟਰੈਕਟਰਾਂ 'ਚ, ਉਹ ਵੀ ਇਹਦੇ ਵਿੱਚ ਰੱਖੇ ਹੋਏ ਨੇ ਐਕਸਟਰਾ ਦੋ ਦੋ, ਜਿੱਦਾਂ ਕਿ ਇੱਥੇ ਵੀਡੀਓ ਬਣਾਈ ਦੀ ਹੈ ਅਤੇ ਲੋਡ ਪੈ ਜਾਂਦੀ ਹੈ, ਅਤੇ ਇੱਕ ਦਾ ਐਕਸਟਰਾ ਹੋਵੇ ਤਾਂ ਬੰਦਾ ਯੂਜ਼ ਕਰ ਸਕਦਾ, ਨਹੀਂ ਤਾਂ ਸ਼ਹਿਰੋਂ ਜਾ ਕੇ ਲਿਆਉਣੇ ਪੈਂਦੇ ਆ, ਠੀਕ ਹੈ ਜੀ। ਅੱਡੋ ਅੱਡ ਸਾਈਜ਼ ਦੇ ਆਪਾਂ ਬੈਰਿੰਗ ਵੀ ਰੱਖੇ ਹੋਏ ਨੇ। ਅਤੇ ਉਸ ਤੋਂ ਇਲਾਵਾ ਆਪਣੀ ਛੋਟੀ ਡੱਬੀ ਇੱਕ, ਅਤੇ ਇਹਦੇ ਵਿੱਚ ਵੀ ਆਪਣੇ ਬੈਰਿੰਗ ਨੇ ਵੈਸੇ ਤਾਂ, ਅਤੇ ਛੋਟੇ ਛੋਟੇ ਬੈਰਿੰਗ ਵੀ ਨੇ, ਅਤੇ ਕੁਛ ਕਰੋਸ ਨੇ। ਦੇਖੋ ਜੀ, ਇਹਨਾਂ ਦੀ ਅਨਬੋਕਸਿੰਗ ਕਰ ਚੁੱਕੇ ਹਾਂ, ਕਰਾਸ ਵਗੈਰਾ ਸਾਰਿਆਂ ਦੀ, ਗੇਅਰਸ ਨੇ ਵੀ ਯੂਜ਼ ਕਰਾਂਗੇ, ਅੱਗੇ ਟਰੈਕਟਰ ਬਣਾ ਰਿਹਾ ਬਹੁਤ ਜਲਦੀ, ਅਤੇ ਇਹ ਸਾਰਾ ਉੱਥੇ ਆਪਾਂ ਯੂਜ਼ ਕਰਦੇ ਹਾਂ। ਉਸ ਤੋਂ ਇਲਾਵਾ ਆ ਲੋਕਡਾਊਨ ਦੇ ਵਿੱਚ ਹੀ ਹੁਣ ਜਿਹੜਾ ਅਲੀ ਐਕਸਪ੍ਰੈਸ ਤੋਂ ਆ ਬੈਰਿੰਗ ਆਏ ਨੇ, ਇਹਨਾਂ ਦੀ ਅਨਬੋਕਸਿੰਗ ਵਗੈਰਾ ਤਾਂ ਨਹੀਂ ਮੈਂ ਕੀਤੀ, ਅਤੇ ਬਾਕੀ 4 ਮਹੀਨੇ ਪਹਿਲਾਂ ਔਡਰ ਕੀਤੇ ਸੀ ਆ ਬੈਰਿੰਗ ਮੈਂ, ਅਤੇ ਹੁਣ ਮੇਰੇ ਕੋਲ ਜਿਹੜੇ ਪਹੁੰਚ ਗਏ ਸੀਗੇ ਲੋਕਡਾਊਨ ਤੋਂ ਬਾਅਦ, ਯਾਨੀ ਕਿ ਆ 2 ਜਾਂ 3 ਦਿਨ ਹੀ ਹੋਏ ਨੇ, ਅਤੇ ਪਾਰਸਲ ਆ ਗਿਆ ਸੀਗਾ, ਅਤੇ ਬਾਕੀ ਪਾਰਸਲ 'ਤੇ ਜੀ ਹੋਰ ਬਹੁਤ ਰੁਕੇ ਹੋਏ ਨੇ, ਵੇਖੋ ਆਉਂਦੇ ਨੇ ਜਾਂ ਰਿਫੰਡ ਕਰਦੇ ਨੇ, ਉਹ ਅੱਗੇ ਪਤਾ ਲੱਗ ਜੂਗਾ, ਤੁਹਾਨੂੰ ਦੱਸ ਦਾਂ ਜੇ ਪੈਸੇ ਵਾਪਸ ਹੋ ਗਏ ਤਾਂ ਵੀ, ਜੇ ਪਾਰਸਲ ਆਏ ਤਾਂ ਵੀ। ਅਤੇ ਉਸ ਤੋਂ ਇਲਾਵਾ ਆਪਣਾ ਨੈਕਸਟ ਡੱਬਾ ਹੈ ਜੀ, ਅਤੇ ਇਹਦੇ ਵਿੱਚ ਆਪਣੇ ਪਲਾਸਟਿਕ ਵਾਲੇ ਗੇਅਰ ਨੇ, ਹੁਣ ਤਾਂ ਘੱਟ ਯੂਜ਼ ਕਰੀਦੇ ਨੇ ਪਲਾਸਟਿਕ ਵਾਲੇ, ਕਿਉਂਕਿ ਛੇਤੀ ਖਰਾਬ ਹੋ ਜਾਂਦੇ ਨੇ, ਆ ਕੁਛ ਡਿਫਰੈਂਸ਼ੀਅਲ ਪਏ ਨੇ ਆਪਣੇ ਕੋਲ, ਦੇਖੋ ਜੀ। ਅਤੇ ਬਾਕੀ ਇਹ ਨਾ ਟਰੈਕਟਰ ਦੇ ਸਟੇਅਰਿੰਗ 'ਚ ਆਪਾਂ ਯੂਜ਼ ਕਰ ਲਈਦੇ ਹਾਂ, ਮੋਟਰਾਂ ਜਿਹੜੀਆਂ ਲਾਈ ਦੀਆਂ ਕਈ ਵਾਰੀ ਉਹਨਾਂ 'ਚ ਵਧੀਆ ਯੂਜ਼ ਹੋ ਜਾਂਦੇ ਗੇਅਰ, ਅਤੇ ਸਾਰੇ ਗੇਅਰ ਪਏ ਹੋਏ ਨੇ ਪਲਾਸਟਿਕ ਦੇ, ਜਿੰਨੇ ਵੀ ਗੇਅਰ ਮੋਟਰਾਂ 'ਚ ਪੁੜੀਆਂ ਵਗੈਰਾ ਨਿਕਲਦੀਆਂ ਉਹ ਸਾਰੀਆਂ ਇਹਨਾਂ ਵਿੱਚ ਰੱਖੀਆਂ ਹੋਈਆਂ ਨੇ। ਆਪਣੇ ਛੋਕਰ ਨੇ ਉਹਦੇ,
ਮੋਨਸਟਰ ਟਰੱਕ ਸੀ ਜਿਹੜਾ ਆਫ ਰੋਡਿੰਗ ਵਾਲਾ। ਇਲਾਵਾ ਹੋਰ ਵੀ ਡਿਫਰੈਂਸ਼ੀਅਲ ਨੇ ਆਪਣੇ ਕੋਲ, ਪਲਾਸਟਿਕ ਦੇ ਅਨਬੋਕਸਿੰਗ ਕੀਤੀ ਹੋਈ ਵੈਸੇ ਮੈਂ ਸਾਰਿਆਂ ਦੀ, ਅਤੇ ਇਹਦੇ ਵਿੱਚ ਜਿਹੜਾ ਆਪਣਾ ਆਈ ਗੇਅਰ ਵਗੈਰਾ ਨੇ ਸਾਰੇ ਡੱਬੇ 'ਚ। ਬਾਕੀ ਇਹਨਾਂ ਗੇਅਰਾਂ ਦੀ ਜ਼ਿਆਦਾ ਲੋੜ ਪੈਂਦੀ ਨਹੀਂ ਤਾਂ ਪਏ ਹੋਏ ਨੇ, ਬਾਕੀ ਕਦੇ ਕਦੇ ਲੋੜ ਪੈ ਵੀ ਜਾਂਦੀ ਹੈ, ਕੁਛ ਨਹੀਂ ਕਹਿ ਸਕਦੇ। ਅਤੇ ਆਪਣਾ ਨੈਕਸਟ ਹੈ ਡੱਬਾ, ਇਹਦੇ ਵਿੱਚ ਵੇਖੋ ਜੀ ਆਪਣਾ ਸਰਵੋ ਮੋਟਰ ਹੈ, ਅਤੇ ਉਸ ਤੋਂ ਇਲਾਵਾ ਜਿਹੜੀਆਂ ਦੋ ਵੱਡੀਆਂ ਸਰਵੋ ਨੇ, ਜਿਵੇਂ ਮੈਟਲ ਗੇਅਰ 'ਚ ਨੇ ਆ ਸਰਵੋ, ਅਤੇ ਆ ਪਲਾਸਟਿਕ ਵਾਲੇ ਗੇਅਰ 'ਚ ਨੇ ਸਰਵੋ, ਠੀਕ ਹੈ। ਅਤੇ ਉਸ ਤੋਂ ਇਲਾਵਾ ਕੁਛ ਆਪਣੀਆਂ ਜਿਹੜੀਆਂ ਮੋਟਰਾਂ ਪਈਆਂ ਨੇ ਇੱਥੇ ਲੰਮੀਆਂ ਸ਼ਾਫਟ ਵਾਲੀਆਂ, ਆ 100-100 RPM ਦੀਆਂ ਮੋਟਰਾਂ ਅਨਬੋਕਸਿੰਗ ਕੀਤੀ ਹੋਈ ਵੈਸੇ ਮੈਂ। ਇਹਨਾਂ ਨੂੰ ਆਪਾਂ ਯੂਜ਼ ਕਰਾਂਗੇ JCB ਦੇ ਪੰਪ ਬਣਾਵਾਂਗੇ ਇਹਦੇ ਨਾਲ, ਠੀਕ ਹੈ। ਅਤੇ ਪੰਪ ਲਾਵਾਂਗੇ ਬਹੁਤ ਜਲਦੀ, ਅੱਗੇ ਰਿਮੋਟ ਮਿਲਦੇ ਆ ਸਾਰੇ, ਆਪਾਂ JCB ਤਿਆਰ ਕਰਾਂਗੇ ਪੂਰੀ ਜਿਹੜੀ ਹੈ ਮੋਟਰਾਂ 'ਤੇ ਚੱਲੂਗੀ, ਠੀਕ ਹੈ। ਪਹਿਲਾਂ ਆਪਾਂ ਸਰਿੰਜਾਂ ਨਾਲ ਤਿਆਰ ਕੀਤੀ ਸੀਗੀ ਇੰਜੈਕਸ਼ਨ ਨਾਲ, ਅਤੇ ਉਹ ਕਾਮਯਾਬ ਨਹੀਂ ਗਈ ਨਹੀਂ, ਇਸ ਕਰਕੇ ਆਪਾਂ ਆਹ ਮੋਟਰ ਯੂਜ਼ ਕਰਾਂਗੇ ਉਹਦੇ ਵਿੱਚ ਅਤੇ ਬਣਾਵਾਂਗੇ। ਅਤੇ ਉਸ ਤੋਂ ਇਲਾਵਾ ਇੱਕ ਆਹ ਮੋਟਰ ਆਪਣੇ ਕੋਲ 100 RPM ਦੀ 12 ਵੋਲਟ 'ਤੇ ਕੰਮ ਕਰਦੀ ਹੈ, ਲਿਫਟ ਵਾਲੀ ਟਰਾਲੀ ਬਣਾਵਾਂਗੇ ਅੱਗੇ, ਬਹੁਤ ਜਲਦੀ ਵੀਡੀਓ ਆਊਗੀ ਉਹਦੀ ਵੀ, ਅਤੇ ਉਹਦੇ ਵਿੱਚ ਆਪਾਂ ਯੂਜ਼ ਕਰਨੀ ਆ ਮੋਟਰ, ਉਹਦੇ ਲਈ ਰੱਖੀ ਹੋਈ ਮੈਂ ਲਿਫਟ ਵਾਲੀ ਟਰਾਲੀ ਵਾਸਤੇ। ਅਤੇ ਆਹ ਸਰਵੋ, ਇਹ ਸਰਵੋ ਦੀ ਐਂ ਦਿੱਕਤ ਹੈ, ਮੈਂ ਹੁਣ ਤੱਕ 4 ਸਰਵੋ ਮੋਟਰਾਂ ਮੰਗਾਈਆਂ ਨੇ, ਅਤੇ ਉਹਨਾਂ ਵਿੱਚੋਂ ਸਿਰਫ ਇੱਕ ਸਰਵੋ ਮੋਟਰ ਹੈ ਜਿਹੜੀ ਉਹ ਢੰਗ ਦੀ ਨਿਕਲੀ ਹੈ, ਜਿਹੜੀ ਆਪਾਂ ਇਸ ਟਰੈਕਟਰ ਦੇ ਵਿੱਚ ਯੂਜ਼ ਕੀਤੀ ਹੋਈ ਹੈ, ਠੀਕ ਹੈ ਜੀ। ਬਾਕੀ ਜਿਹੜੀਆਂ 3 ਸਰਵੋ ਮੋਟਰਾਂ ਉਹ ਖਰਾਬ ਨੇ, ਆਹ ਵੀ ਮੋਟਰ ਜਿਹੜੀ ਇਹ ਖਰਾਬ ਹੈ, ਇਹ ਆਪਾਂ ਡਾਇਰੈਕਟ ਇਸ ਤਰ੍ਹਾਂ ਦੇ ਰਿਮੋਟ 'ਤੇ ਜਿਹੜਾ ਨਹੀਂ ਚਲਾ ਸਕਦੇ, ਠੀਕ ਹੈ ਜੀ। ਇਹਨੂੰ ਤਾਂ ਕਿਸੇ ਤਰ੍ਹਾਂ ਜੁਗਾੜ ਲਾ ਕੇ ਚਲਾਉਣਾ ਪਊਗਾ, ਜਿੱਦਾਂ ਕਿ ਆਪਾਂ ਆਪਣੇ ਸਵਰਾਜ 855 'ਤੇ ਲਾਈ ਹੋਈ ਹੈ ਮੋਟਰ, ਤੁਹਾਨੂੰ ਮੈਂ ਵਿਖਾਉਣਾ, ਠੀਕ ਹੈ ਜੀ। ਉੱਦਾਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਕਿੱਥੇ ਗਿਆ, ਗਵਾਚ ਗਿਆ, ਆ ਰਿਹਾ, ਲੱਭ ਗਿਆ। ਇਹ ਆ ਵੇਖੋ ਜੀ, ਇਹ ਸਵਰਾਜ 'ਚ ਆਪਾਂ ਯੂਜ਼ ਕੀਤੀ ਹੋਈ ਸਰਵੋ ਇੱਕ, ਆ ਵੇਖੋ ਜੀ ਥੱਲੇ ਡਾਇਰੈਕਟ ਤਾਰਾਂ ਲਾ ਕੇ ਇਹਨੂੰ ਡਾਇਰੈਕਟ ਕਰਕੇ ਸਰਵੋ ਲਾਈ ਹੈ ਆਪਾਂ, ਕਿਉਂਕਿ ਉਂਝ ਯੂਜ਼ ਨਹੀਂ ਹੁੰਦੀ, ਖਰਾਬ ਹੋ ਚੁੱਕੀ ਸਰਵੋ, ਕੋਈ ਨਾ ਕੋਈ ਦਿੱਕਤ ਆ ਜਾਂਦੀ, ਰਿਮੋਟ 'ਤੇ ਨਹੀਂ ਚੱਲਦੀ। ਇੱਕ ਸਰਵੋ ਆਪਾਂ ਟਰੱਕ ਦੇ ਵਿੱਚ ਲਾਈ ਹੋਈ ਹੈ, ਠੀਕ ਹੈ ਜੀ, ਅਤੇ ਇੱਕ ਸਰਵੋ ਜਿਹੜੀ ਆਪਣੇ ਇਸ ਟਰੈਕਟਰ ਦੇ ਵਿੱਚ ਲੱਗੀ ਹੋਈ ਹੈ, ਜਿਹੜੀ ਬਚੀ ਇੱਕ ਖਰਾਬ, ਉਹ ਆ ਤੁਸੀਂ ਵੇਖ ਸਕਦੇ ਇੱਥੇ, ਠੀਕ ਹੈ। ਟੋਟਲ 4 ਸਰਵੋ ਮੋਟਰਾਂ ਸੀ ਆਪਣੇ ਕੋਲ, ਅਤੇ ਇੱਕ ਉਹਨਾਂ 'ਚੋਂ ਢੰਗ ਦੀ ਨਿਕਲੀ ਹੈ, ਬਾਕੀ ਖਰਾਬ ਸਨ। ਅਤੇ ਆਹੀ ਦਿੱਕਤ ਆਉਂਦੀ ਹੈ, ਹੁਣ ਫਿਰ ਇਹਨਾਂ ਵਾਪਸ ਤਾਂ ਕਰ ਨਹੀਂ ਸਕਦੇ, ਉਂਝ ਯੂਜ਼ ਕਰ ਲਈ ਦੀਆਂ, ਯਾਨੀ ਕਿ ਐਕਸਟਰਾ ਇਹ ਸਰਵੋ ਮੇਰੇ ਕੋਈ ਨਹੀਂ ਗੀ। ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਸਰਵੋ ਜੇ ਤੁਹਾਡੇ ਕੋਲ ਪਈ ਹੋਵੇ ਤਾਂ ਦੇ ਦਿਓ, ਅਤੇ ਇਸ ਕਰਕੇ ਮੈਂ ਦੱਸਿਆ ਵੀ ਮੇਰੇ ਕੋਲ ਸਰਵੋ ਇੱਕ ਹੀ ਹੈ, ਸਰਵੋ ਮੋਟਰ ਵੀ ਖਰਾਬ ਹੈ। ਆ ਜਿਹੜੀਆਂ ਵੱਡੀਆਂ ਨੇ ਵੈਸੇ ਵੀ ਛੇਤੀ ਮਿਲਦੀਆਂ ਨਹੀਂ ਹੈ, ਇਸ ਕਰਕੇ ਮੈਂ ਰੱਖੀਆਂ ਹੋਈਆਂ, ਅੱਗੇ ਲੋਡ ਪਊਗੀ ਇਹਨਾਂ ਦੀ। ਅਤੇ ਉਸ ਤੋਂ ਇਲਾਵਾ ਆਪਾਂ ਹੁਣ ਗੱਲ ਕਰ ਲੈਣਾ ਬੈਟਰੀਆਂ ਦੀ, ਅਤੇ ਆਹ ਜਿਹੜੀਆਂ ਬੈਟਰੀਆਂ ਨੇ 4.8 ਵੋਲਟ ਦੀਆਂ ਆਪਣੀਆਂ, ਆ ਤਕਰੀਬਨ 4 ਬੈਟਰੀਆਂ ਆਪਣੇ ਕੋਲ, ਵੇਖੋ ਜੀ 3 ਆਹ ਨੇ ਸਿੰਗਲ ਸਿੰਗਲ, ਅਤੇ ਆਹ ਮੇਰੇ ਕੋਲ 3 ਬੈਟਰੀਆਂ ਸੀ, ਇਹਨਾਂ ਨੂੰ ਮੈਂ ਇਕੱਠਾ ਕਰਤਾ ਵੀ ਥੋੜ੍ਹਾ ਜਿਹਾ ਜਿਹੜਾ ਬੈਕਅਪ ਵੱਜੂਗਾ, MAH ਵੱਜੂਗੀ, ਬਾਕੀ ਕੋਈ ਖਾਸ ਫਰਕ ਨਹੀਂ ਪਿਆ, ਕਿਉਂਕਿ ਕਾਫੀ ਪੁਰਾਣੀਆਂ ਬੈਟਰੀਆਂ ਡੈੱਡ ਹੋ ਚੁੱਕੀਆਂ ਨੇ, ਬਹੁਤ ਘੱਟ ਬੈਟਰੀ ਬੈਕਅਪ ਦਿੰਦੀਆਂ ਨੇ। ਅਤੇ ਉਸ ਤੋਂ ਇਲਾਵਾ ਜਿਹੜੀਆਂ ਆਪਾਂ ਨਵੀਆਂ ਬਣਾਈਆਂ ਸੀ ਬੈਟਰੀਆਂ, ਉਹ ਆਪਣੇ ਕੋਲ ਪਈਆਂ ਨੇ ਜੀ, ਮੈਂ ਕੱਢ ਕੇ ਖਾਨਾ ਸਾਰੀਆਂ, ਵੇਖੋ ਜੀ ਆਹ ਜਿਹੜੀਆਂ 3 ਬੈਟਰੀਆਂ ਆਪਣੇ ਕੋਲ ਛੋਟੀਆਂ ਨੇ, 2 ਸੈੱਲਾਂ ਵਾਲੀਆਂ ਜਿਹੜੀਆਂ ਨੇ, ਠੀਕ ਹੈ ਜੀ। ਅਤੇ 2 ਬੈਟਰੀਆਂ ਆਪਣੇ ਕੋਲ 12 ਵੋਲਟ ਵਾਲੀਆਂ ਨੇ, 3 ਸੈੱਲਾਂ ਵਾਲੀਆਂ ਆ ਜਿਹੜੀਆਂ, ਅਤੇ ਇਹ ਵੀ ਬਹੁਤ ਵਧੀਆ ਕੰਮ ਕਰ ਰਹੀਆਂ ਨੇ, ਬੈਟਰੀ ਬੈਕਅਪ ਵੀ ਬਹੁਤ ਹੈ। ਮੈਨੂੰ ਲੱਗਦਾ 2 ਮਹੀਨੇ ਹੋ ਗਏ ਮੈਂ ਚਾਰਜ ਨਹੀਂ ਲਾਈਆਂ, ਪਰ ਹਜੇ ਵੀ ਪੂਰੀਆਂ ਚਾਰਜ ਨੇ। ਆਹ 2 ਇੱਥੇ ਨੇ, ਅਤੇ 1 ਜਿਹੜੀ ਬੈਟਰੀ ਹੈ ਉਹ ਆਪਾਂ ਟਰੇਟਰ ਦੇ ਵਿੱਚ ਲਾਈ ਹੋਈ ਪਹਿਲਾਂ ਹੀ, ਵੇਖ ਸਕਦੇ ਹੋ ਤੁਸੀਂ, ਇਹ ਤੁਹਾਨੂੰ ਅੱਗੇ ਚਲਾ ਕੇ ਵਿਖਾਉਂਦਾ ਮੈਂ ਇਸ ਵੀਡੀਓ 'ਚ ਹੀ ਟਰੇਟਰ। ਅਤੇ ਉਸ ਤੋਂ ਇਲਾਵਾ ਆਪਾਂ ਕਰਦੇ ਹੁਣ ਅਗਲੇ ਡੱਬੇ ਦੀ ਗੱਲ, ਅਤੇ ਆਹ ਵੇਖੋ ਜੀ ਇਹਦੇ ਵਿੱਚ ਆਪਾਂ ਜਿਪ ਲੋਕ ਰੱਖੇ ਹੋਏ ਨੇ, ਕਿਉਂਕਿ ਤਾਰਾਂ ਤੁਰਾਂ ਬੰਨਣ 'ਚ ਜਾਂ ਮੋਟਰ ਵਗੈਰਾ ਬੰਨਣ 'ਚ ਕੰਮ ਆ ਜਾਂਦੇ ਨੇ, ਲੋਡ ਪੈ ਜਾਂਦੀ ਇਹਨਾਂ ਦੀ। ਆਹ ਜਿਪ ਲੋਕ ਨੇ ਜੀ ਆਪਣੇ, ਵੇਖੋ ਜੀ, ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਆਪਣਾ ਮੇਨ ਐਕਸਲ ਵਗੈਰਾ ਇਸੇ ਡੱਬੇ 'ਚ ਹੁੰਦੇ ਨੇ ਸਾਰੇ। ਅਤੇ ਆਹ ਆਪਣਾ ਜਿਹੜਾ ਕੁਇਕ ਸਟਾਰਟ ਗਾਈਡ ਹੈ ਜੀ ਆਪਣੇ ਰਿਮੋਟ ਦੀ, ਜਿਹੜਾ ਸ਼ੁਰੂ 'ਚ ਆਪਾਂ ਰਿਮੋਟ ਮੰਗਾਇਆ ਸੀਗਾ, ਅਤੇ ਕਈ ਵਾਰੀ ਹੁੰਦੇ ਜਿਹੜਾ ਅੱਡੋ ਅੱਡ ਮੋਡ ਬਦਲੇ ਜਾਂਦੇ ਆ, ਬਟਨ ਪਿਆ ਰਹਿ ਜਾਂਦਾ, ਅਤੇ ਇਹਦੀ ਵੀ ਲੋਡ ਪੈ ਜਾਂਦੀ ਉਹਨੂੰ ਨੋਰਮਲ ਕਰਨ ਵਾਸਤੇ, ਜਿੱਦਾਂ ਜਾਇਰੋ ਮੋਡ ਔਨ ਹੋ ਜਾਂਦਾ ਜਾਂ ਕੋਈ ਹੋਰ ਮੋਡ ਔਨ ਹੋ ਜਾਂਦਾ, ਇਸ ਕਰਕੇ ਆਪਾਂ ਰੱਖਿਆ ਹੋਇਆ, ਕੱਲ੍ਹ ਨੂੰ ਦਿੱਕਤ ਆਵੇ ਬੰਦਾ ਵੇਖ ਕੇ ਠੀਕ ਕਰ ਸਕਦਾ ਉਹਨੂੰ। ਅਤੇ ਇਹਨੂੰ ਸਾਈਡ ਕਰਦੇ ਹਾਂ ਆਪਾਂ, ਆ ਕੁਛ ਆਪਣੇ ਟਰੱਕ ਦੀਆਂ ਲਾਈਟਾਂ ਨੇ, ਜਦੋਂ ਟਰੱਕ ਮੰਗਾਇਆ ਸੀ ਆਪਾਂ 6x6 ਜਿਹੜਾ, ਉਹਦੀਆਂ ਲਾਈਟਾਂ ਆਈਆਂ ਸੀ ਨਾਲ, ਅਤੇ ਲੋੜ ਹੀ ਨਹੀਂ ਪਈ ਕਦੇ ਲਾਈਟਾਂ ਲੋਟਾਂ ਚੇਂਜ ਕਰਨ ਦੀ। ਅਤੇ ਉਸ ਤੋਂ ਇਲਾਵਾ ਜਿਹੜਾ ਆ ਕੰਟਰੋਲਰ ਆ ਆਪਣਾ, ਮੈਂ ਕਦੇ ਮਾ ਕੇ ਵੇਖਿਆ ਸੀ ਕੰਟਰੋਲਰ ਆ ਨਾ ਔਫਲਾਈਨ ਆਪਾਂ ਨੂੰ ਸਸਤਾ ਮਿਲ ਜਾਂਦਾ, ਇਹ ਤੁਹਾਨੂੰ ਮੈਂ ਦੱਸ ਦੇਵਾਂ। ਆਹ ਜਿਹੜੀ ਡਰੰਮੀ ਹੈ ਸਪਰੇਅ ਵਾਲੀ, ਵੇਖੋ ਜੀ ਤੁਹਾਨੂੰ ਹੁਣ ਮੈਂ ਡਿਟੇਲ 'ਚ ਦੱਸ ਦੇਣਾ, ਵੇਖੋ ਜੀ ਇਹਦੇ ਵਿੱਚ ਆ ਕੰਟਰੋਲਰ ਯੂਜ਼ ਹੋਇਆ, ਵੇਖੋ। ਅਤੇ ਇੱਥੋਂ ਮੈਨੂੰ ਆਈਡੀਆ ਲੱਗਾ, ਮੈਂ ਕਿਹਾ ਚਲੋ ਇਹ ਔਫਲਾਈਨ ਮਾਰਕੀਟ 'ਚੋਂ ਆਪਾਂ ਦੁਕਾਨ ਤੋਂ ਲੈ ਕੇ ਆਉਂਦੇ ਹਾਂ ਕੰਟਰੋਲਰ, ਅਤੇ ਯੂਜ਼ ਕਰਕੇ ਵੇਖਾਂਗੇ ਕਿੱਦਾਂ ਹੈ।
ਅਤੇ ਬਾਕੀ ਇੰਨਾ ਐਕੂਰੇਟ ਨਹੀਂ ਗਾ ਐਗਜੈਕਟ, ਜੇ ਆਪਾਂ ਕਹੀਏ ਵੀ ਸਪੀਡ ਪੂਰੀ ਪੂਰੀ ਕੰਟਰੋਲ ਕਰਦਾ ਉੱਦਾਂ ਨਹੀਂ ਗਾ, ਪਰ ਇੰਨਾ ਵੀ ਮਾੜਾ ਮੋਟਾ ਕੰਟਰੋਲ ਕਰ ਲੈਂਦਾ ਠੀਕ ਹੈ, ਪਰ ਨੋਰਮਲ ਜਿਹੜਾ ਕੰਟਰੋਲਰ ਆਪਾਂ ਯੂਜ਼ ਕਰਦੇ ਹਾਂ ਉਹਦੀ ਰੀਸ ਨਹੀਂ ਕਰਦਾ ਹੈ, ਇਸ ਕਰਕੇ ਆਪਾਂ ਯੂਜ਼ ਨਹੀਂ ਕੀਤਾ, ਫਿਰ ਰੱਖਤਾ ਸੀਗਾ ਹੁਣ ਜੀ। ਅਤੇ ਉਸ ਤੋਂ ਇਲਾਵਾ ਆਪਣਾ ਫਰੰਟ ਐਕਸਲ ਹੈ, ਜੇ ਫੋਰ ਵੀਲ ਟਰੈਕਟਰ ਬਣਾਉਣਾ ਆਪਾਂ ਉਹਦੇ ਲਈ, ਇਹਦੀ ਵੀ ਅਨਬੋਕਸਿੰਗ ਕੀਤੀ ਹੋਈ ਹੈ ਮੈਂ, ਹਜੇ ਪਿਆ ਹੈ ਯੂਜ਼ ਨਹੀਂ ਕੀਤਾ। ਅਤੇ ਆਹ ਆਪਣੇ ਬੈਕ ਐਕਸਲ ਸਨ, ਗੇਅਰ ਗੂਰ ਖਰਾਬ ਹੋ ਗਏ ਇਹਦੇ ਤੇ ਹੁਣ, ਕਾਫੀ ਟਾਈਮ ਪਹਿਲਾਂ ਦੇ ਆਏ। ਅਤੇ ਉਸ ਤੋਂ ਇਲਾਵਾ ਇਸ ਡੱਬੇ ਦੇ ਵਿੱਚ ਕੁਝ ਕਨੈਕਟਰ ਨੇ, ਦੇਖੋ ਜੀ ਇਸ ਤਰ੍ਹਾਂ ਦੇ ਮੇਲ ਫੀਮੇਲ ਕਨੈਕਟਰ ਨੇ ਇਦਾਂ ਦੇ। ਅਤੇ ਆਪਣੇ ਜਿਹੜਾ ਇੱਕ ਡਿਫਰੈਂਸ਼ੀਅਲ ਪਿਆ, ਦੇਖੋ ਜੀ ਮੈਟਲ ਦਾ ਡਿਫਰੈਂਸ਼ੀਅਲ ਹੈ ਸਾਰਾ, ਇਹ ਵੀ ਅਜੇ ਯੂਜ਼ ਨਹੀਂ ਕੀਤਾ, ਆਪਾਂ ਜੇ ਸੀ ਬੀ 'ਚ ਯੂਜ਼ ਕਰਨਾ, ਮੇਰੀ ਸਲਾਹ ਹੈ, ਬਾਕੀ ਪਤਾ ਲੱਗ ਜੂ ਅੱਗੇ। ਅਤੇ ਉਸ ਤੋਂ ਇਲਾਵਾ ਆਪਣੇ ਕੋਲ ਲੈਪਟੋਪ ਦੀ ਬੈਟਰੀ ਦਾ ਜਿਹੜਾ ਚਾਰਜਿੰਗ ਵਾਲਾ ਸਰਕਿਟ ਹੁੰਦਾ, ਜਿਹੜਾ ਕਨੈਕਟ ਕਰਦੇ ਹਾਂ ਆਪਾਂ ਲੈਪਟੋਪ ਨਾਲ, ਉਹ ਵੀ ਪਿਆ, ਕਿਉਂਕਿ ਆਪਾਂ ਇੱਕ ਨਵੀਂ ਬੈਟਰੀ ਤੋੜ ਕੇ ਉਹਦੇ 'ਚੋਂ ਸੈੱਲ ਕੱਢੇ ਸੀਗੇ, ਇਸ ਕਰਕੇ ਇਹਨੂੰ ਮੈਂ ਰੱਖ ਲਿਆ ਸੀ, ਮੈਂ ਕਿਹਾ ਲੋੜ ਪੈ ਜਾਂਦੀ ਕਈ ਵਾਰੀ। ਉਸ ਤੋਂ ਇਲਾਵਾ ਇਹਦੇ ਵਿੱਚ ਇੱਕ ਆਪਣਾ ਬਲੇਡ ਨੇ ਜੀ, ਆਰੀ ਵਾਲੇ ਛੋਟੇ, ਨਹੀਂ ਮੈਂ ਜਿਹੜਾ ਪੈਕਟ ਹੀ ਲਿਆਂਦਾ ਸੀਗਾ ਬਲੇਡਾਂ ਦਾ, ਕਿਉਂਕਿ ਘੱਸ ਜਾਂਦੇ ਛੇਤੀ ਬਲੇਡ, ਅਤੇ ਤੁਹਾਨੂੰ ਆਰੀ ਮੈਂ ਵਿਖਾ ਦਿੰਦਾ, ਆਪਣੇ ਟੂਲ 'ਚ ਪਈ ਹੋਈ ਆ ਆਰੀ ਹੈ ਜੀ, ਵੇਖੋ ਇਹਦਾ ਬਲੇਡ ਆ, ਚੇਂਜ ਕਰਨਾ ਪੈ ਜਾਂਦਾ ਛੇਤੀ, ਵੀ ਘੱਸ ਘੁੱਸ ਜਾਂਦੇ ਨੇ, ਇਸ ਕਰਕੇ ਆਪਾਂ ਜਿਹੜਾ ਪੈਕਟ ਹੀ ਲਿਆਂਦਾ ਸੀਗਾ ਬਲੇਡਾਂ ਦਾ। ਆਈ ਥਿੰਕ 10 ਜਾਂ 12 ਬਲੇਡ ਆਉਂਦੇ ਇਹਦੇ ਵਿੱਚ, ਅਤੇ ਹੋਰ ਤਾਂ ਕੋਈ ਡੱਬੇ 'ਚ ਹੈ ਨਹੀਂ ਇੰਨਾ ਖਾਸ, ਇਸ ਕਰਕੇ ਇਹਨੂੰ ਕਰ ਦਿੰਦੇ ਆਪਾਂ ਬੰਦ। ਅਤੇ ਹੁਣ ਕਿਹੜਾ ਰਹਿ ਗਿਆ ਡੱਬਾ, ਹਾਂ ਜੀ ਆਹ ਡੱਬਾ ਰਹਿ ਗਿਆ ਆਪਣਾ, ਇਹਦੇ ਵਿੱਚ ਕੋਈ ਖਾਸ ਨਹੀਂ ਗਾ, ਆਪਣੇ ਜਿਹੜੇ ਪੁਰਾਣੇ ਸੈੱਲ ਨੇ ਜਿਹੜੇ ਕਈ ਵਾਰੀ ਡੈੱਡ ਹੋ ਗਏ ਆ ਜਾਂ ਥੋੜ੍ਹਾ ਘੱਟ ਚਾਰਜ ਕਰਦੇ ਆ, ਉਹ ਸੈੱਲ ਪਏ ਹੋਏ ਨੇ ਐਕਸਟਰਾ 'ਚ। ਅਤੇ ਕੁਛ ਇੱਕ ਦੀ ਬੈਟਰੀ ਹੈ, ਠੀਕ ਹੈ, ਅਤੇ ਕੁਛ ਪੁਰਾਣੇ ਜਿਹੜੇ ਸੈੱਲ ਨੇ, ਟ੍ਰਿਪਲ ਏ ਬੈਟਰੀਆਂ ਜਿਹੜੀਆਂ ਹੁੰਦੀਆਂ ਆਪਣੀਆਂ, ਟ੍ਰਿਪਲ ਏ ਹਾਂ ਡਬਲ ਏ ਬੈਟਰੀਆਂ ਹੁੰਦੀਆਂ ਜਿਹੜੀਆਂ, ਸੋਰੀ ਆ ਜਿਹੜੀ ਡਬਲ ਏ ਬੈਟਰੀਆਂ ਇਹ ਪਈਆਂ ਨੇ ਇਹਦੇ ਵਿੱਚ, ਕੁਛ ਆ ਤਾਰਾਂ ਨੇ, ਆਪਾਂ ਜਿਹੜੀ ਮੋਟਰ ਅਪਗ੍ਰੇਡ ਕੀਤੀ ਸੀ ਉਦੋਂ ਉਹਦੇ ਵਾਸਤੇ, ਮੋਟਰ 'ਤੇ ਮੋਟੀ ਤਾਰ ਬਲਣ ਵਾਸਤੇ, ਇਹਦਾ ਫਾਇਦਾ ਨਹੀਂ ਗਾ ਕੁਛ, ਵੈਸੇ ਮੋਟਰ ਗਰਮ ਬਹੁਤ ਜਲਦੀ ਹੋ ਜਾਂਦੀ, ਪਾਵਰ ਵੀ ਬਹੁਤ ਜ਼ਿਆਦਾ, ਜਿਹੜੀ ਬੈਟਰੀ ਛੇਤੀ ਪੀਂਦੀ ਬਹੁਤ ਜ਼ਿਆਦਾ, ਇਸ ਕਰਕੇ ਇਹਨੂੰ ਬਲਣ ਦਾ ਫਾਇਦਾ ਨਹੀਂ। ਅਤੇ ਉਸ ਤੋਂ ਇਲਾਵਾ ਆਪਣੇ ਡੱਬੇ ਵੇਖ ਸਕਦੇ ਹੋ ਤੁਸੀਂ, ਅਤੇ ਇਹਦੇ ਵਿੱਚ ਆਪਾਂ ਨਟ ਨੁਟ ਰੱਖੇ ਹੋਏ ਨੇ ਆਪਣੇ ਸਾਰੇ, ਵਾਸ਼ਲਾਂ ਨਟ ਵਗੈਰਾ ਸਾਰੇ ਨੇ ਇਹਦੇ ਵਿੱਚ, ਤੁਸੀਂ ਵੇਖ ਸਕਦੇ ਹੋ, ਟੇਪ ਡੱਬੀਆਂ ਡੁੱਬੀਆਂ ਸਭ ਇੱਥੇ ਹੀ, ਸਮਾਨ ਉੱਤੇ ਥੱਲੇ ਰੱਖ ਲਈਦਾ, ਜਿਵੇਂ ਵੀ ਨਟ ਸੂਤ ਆਉਂਦੇ ਨੇ ਉਵੇਂ ਰੱਖ ਲਈਦੇ ਡੱਬੀ 'ਚ ਪਾ ਕੇ। ਅਤੇ ਆਹ ਜਿਹੜਾ ਹੁੰਦਾ ਆਪਾਂ ਜਿਵੇਂ ਜੋੜਾਂ ਦੇ ਉੱਤੇ ਲਾ ਕੇ, ਉਹਤੋਂ ਬਾਅਦ ਇਹਨੂੰ ਗਰਮ ਕਰਕੇ, ਅਤੇ ਬਹੁਤ ਵਧੀਆ ਜਿਹੜਾ ਉਹਦੇ ਉੱਤੇ ਪਕੜ ਕਰ ਲੈਂਦਾ, ਠੀਕ ਹੈ ਜੀ, ਇਹ ਹੁੰਦਾ। ਅਤੇ ਉਸ ਤੋਂ ਇਲਾਵਾ ਐਮ ਸੀਲ ਪਈ ਹੋਈ ਹੈ, ਅਤੇ ਕੁਛ ਆ ਨਿੱਕੀਆਂ ਨਿੱਕੀਆਂ ਜਿਹੜੀਆਂ ਨੇ ਲੋਹੇ ਦੀਆਂ ਵਾਸ਼ਲਾਂ ਟਾਈਪ ਹੈ, ਇਹ ਵੀ ਯੂਜ਼ ਹੋ ਜਾਂਦੀਆਂ ਕਰੋਸ ਵਗੈਰਾ ਬਣਾਉਣ 'ਚ, ਅੱਗੇ ਕੰਮ ਆਉਣਗੀਆਂ ਆਪਾਂ, ਇਸ ਕਰਕੇ ਰੱਖੀਆਂ ਹੋਈਆਂ ਲਿਆ ਕੇ। ਆਹ ਡੱਬੀ ਖਾਲੀ ਹੈ, ਸਮਾਨ ਪਾਉਣ ਲਈ ਕੁਛ ਅਜੇ ਹੈ ਨਹੀਂ ਇਹਦੇ 'ਚ। ਆਹ ਜਿਹੜੇ ਜਿੱਦਾਂ ਪਲਾਸਟਿਕ ਦਾ ਟੁਕੜਾ ਕੱਟਣ ਵਾਸਤੇ ਬਲੇਡ ਦੇਣੇ, ਠੀਕ ਹੈ ਜੀ, ਇਹਨਾਂ ਦਾ ਵੀ ਅੱਗੇ ਤੁਹਾਨੂੰ ਯੂਜ਼ ਕਰਕੇ ਵਿਖਾਵਾਂ ਮੈਂ, ਇਹਦੇ ਨਾਲ ਤੁਸੀਂ ਇੱਕ ਟਾਇਰ ਵੀ ਕੱਟ ਸਕਦੇ ਹੋ ਸਾਈਜ਼ ਵੈਸੇ, ਆਹ ਦੇਖੋ ਇੱਕ ਵੱਡੇ ਸਾਈਜ਼ ਦਾ ਮੇਰੇ ਕੋਲ ਪਿਆ ਹੈ, ਦੇਖੋ ਜੀ, ਯਾਨੀ ਕਿ ਐਡੇ ਸਾਈਜ਼ ਦਾ ਤੁਸੀਂ ਟਾਇਰ ਵੀ ਕੱਟ ਸਕਦੇ ਹੋ ਪਲਾਸਟਿਕ ਦਾ, ਜੇ ਕੱਟਣਾ ਹੋਵੇ, ਜਾਂ ਲੱਕੜ ਦਾ ਵੀ ਨਿਕਲ ਜਾਂਦਾ, ਉਹ ਅੱਗੇ ਤੁਹਾਨੂੰ ਵਿਖਾਊਂਗਾ ਮੈਂ ਯੂਜ਼ ਕਰਕੇ ਇਹਨਾਂ ਨੂੰ ਵੀ। ਅਤੇ ਆਪਣੇ ਮੇਸੀ ਦੇ ਵੇਟ ਪਏ ਨੇ, ਮੇਸੀ ਦੇ ਵੇਟ ਬਣਾਏ ਸੀ, ਮੇਸੀ ਤਾਂ ਲਾਏ ਨੇ ਕਿਉਂਕਿ ਡਬਲ ਟਾਇਰ ਲਾਏ ਹੋਏ ਨੇ ਉਹਦੇ 'ਤੇ। ਅਤੇ ਉਸ ਤੋਂ ਇਲਾਵਾ ਇੱਕ ਆਪਣਾ ਡੱਬਾ ਰਹਿ ਗਿਆ ਸਾਈਡ 'ਤੇ, ਇਹ ਡੱਬਾ ਤੁਹਾਨੂੰ ਮੈਂ ਵਿਖਾ ਦਿੰਦਾ, ਆਹ ਵੇਖੋ ਜੀ, ਇਸ ਡੱਬੇ 'ਚ ਨੇ ਜੀ ਆਪਣੀਆਂ ਮੋਟਰਾਂ, ਪੁਰਾਣੀਆਂ ਜਿੰਨੀਆਂ ਵੀ ਮੋਟਰਾਂ ਸਨ ਉਹ ਸਾਰੀਆਂ ਇਸ ਡੱਬੇ 'ਚ ਨੇ, ਤੁਹਾਨੂੰ ਮੈਂ ਕੱਢ ਕੇ ਵਿਖਾਉਂਦਾ ਮੋਟਰਾਂ, ਵੇਖੋ ਜੀ ਛੋਟੀਆਂ ਮੋਟਰਾਂ ਨੇ ਵੈਸੇ, ਹੁਣ ਆਪਣਾ ਨੂੰ ਇੰਨਾ ਕੋਈ ਜ਼ਿਆਦਾ ਯੂਜ਼ ਨਹੀਂ ਗਾ ਇਹਨਾਂ ਦਾ, ਕਿਉਂਕਿ ਵੱਡੀਆਂ ਮੋਟਰਾਂ ਯੂਜ਼ ਕਰਨ ਲੱਗ ਪਏ ਆਪਾਂ, ਵੱਡੀਆਂ ਮੋਟਰਾਂ ਵੀ ਤੁਹਾਨੂੰ ਵਿਖਾਉਂਦਾ ਅੱਗੇ ਮੈਂ, ਫਿਲਹਾਲ ਤੁਸੀਂ ਇਹ ਛੋਟੀਆਂ ਮੋਟਰਾਂ ਵੇਚ ਸਕਦੇ ਹੋ। ਅਤੇ ਕੁਛ ਕੁ ਸਹੀ ਕੰਡੀਸ਼ਨ 'ਚ ਨੇ, ਨਵੀਆਂ ਹੀ ਪਈਆਂ ਕੁਛ ਤਾਂ ਮੋਟਰਾਂ ਇੱਦਾਂ ਦੀਆਂ, ਅਤੇ ਕੁਛ ਖਰਾਬ ਵੀ ਹੋਈਆਂ ਪਈਆਂ ਐਵੇਂ ਦੀਆਂ, ਦੇਖੋ ਬਾਕੀ ਸਾਰੀਆਂ ਮੈਂ ਰੱਖੀਆਂ ਹੋਈਆਂ ਸਾਂਭ ਕੇ, ਦੇਖੋ ਜੀ ਅਲੱਗ ਅਲੱਗ ਸਾਈਜ਼ ਦੀਆਂ ਅਤੇ ਅੱਡੋ ਅੱਡ ਨੇ ਮੋਟਰਾਂ ਸਾਰੀਆਂ। ਅਤੇ ਲੋੜ ਪੈ ਜਾਂਦੀ ਕਈ ਵਾਰੀ, ਕੁਛ ਨਹੀਂ ਕਹਿ ਸਕਦੇ ਕਹਿੰਦੀ ਕਿੱਥੇ ਲੋੜ ਪੈ ਜਾਣੀ, ਇਸ ਕਰਕੇ ਆਪਾਂ ਸਾਰੀਆਂ ਰੱਖੀਆਂ ਹੋਈਆਂ। ਆਹ ਵੀ ਮੈਂ ਇੱਕ ਕੰਟਰੋਲਰ ਜਿਹਾ ਸੀ ਮਿਲਿਆ ਸੀ ਮੈਨੂੰ, ਮੈਂ ਜੁਗਾੜ ਲਾਇਆ ਸੀ, ਮੈਂ ਕਿਹਾ ਚੱਲ ਯੂਜ਼ ਕਰਕੇ ਵੇਖਾਂ, ਪਰ ਇਹ ਵੀ ਕਾਮਯਾਬ ਨਹੀਂ ਸੀ ਹੋਇਆ, ਕੰਟਰੋਲਰ ਹੀ ਹੈ ਵੈਸੇ ਵੀ ਪਰ ਆਪਣੇ ਤੋਂ ਨਹੀਂ ਚੱਲਦਾ। ਅਤੇ ਵੈਸੇ ਮੋਟਰਾਂ ਦੇ ਉੱਤੇ ਆਪਾਂ ਨਿੱਕੀਆਂ ਨਿੱਕੀਆਂ ਪੁਲੀਆਂ ਸਾਰੀਆਂ 'ਤੇ ਲੱਗੀਆਂ ਮਿਲ ਜਾਣਗੀਆਂ। ਅਤੇ ਲਓ ਜੀ ਇਹਨਾਂ ਨੂੰ ਇੱਕ ਵਾਰੀ ਆਪਾਂ ਪਾ ਦਿੰਦੇ ਹਾਂ ਵਾਪਸ ਵਿੱਚ, ਲਓ ਵੀ ਮੋਟਰਾਂ
ਆ ਸਾਰੀਆਂ ਵਿੱਚ ਪਾ ਦਿੱਤੀਆਂ ਨੇ ਡੱਬੇ ਨੂੰ ਕਰ ਦੇਣਾ ਬੰਦ ਅਤੇ ਰੱਖ ਦੇਣਾ ਵਾਪਸ ਉੱਥੇ ਹੀ ਜਿੱਥੋਂ ਚੱਕਿਆ ਸੀਗਾ ਅਤੇ ਜਿਪ ਲੋਕ ਵੀ ਆਪਣੇ ਬਾਹਰ ਰਹਿ ਗਏ ਡੱਬੇ 'ਚੋਂ ਇਹ ਵੀ ਵਿੱਚ ਪਾ ਦਿੰਦੇ ਆਪਾਂ ਪੀਜ਼ੇ ਵਾਲੇ ਡੱਬੇ 'ਚ ਕੋਈ ਖਾਸ ਇੰਨਾ ਹੈ ਨਹੀਂ ਗਾ ਸਮਾਨ ਤੁਹਾਨੂੰ ਮੈਂ ਦੱਸਤਾ ਉਸ ਤੋਂ ਇਲਾਵਾ ਰਿਮੋਟ ਪਏ ਨੇ ਆਪਣੇ ਇਹਨਾਂ 'ਚੋਂ ਦੋ ਹੀ ਰਿਮੋਟ ਚੱਲਦੇ ਨੇ ਵੈਸੇ ਇੱਕ ਆਹ ਰਿਮੋਟ ਚੱਲਦਾ ਅਤੇ ਇੱਕ ਆਪਣੇ ਟਰੱਕ ਦਾ ਰਿਮੋਟ ਹੈ ਆਹ ਵੀ ਟਰੱਕ ਦਾ ਹੀ ਹੈ ਇਹਨਾਂ ਦਾ ਸਿਸਟਮ ਹੈ ਕਿ ਇੱਕ ਜਿਹੜਾ ਉੱਥੇ ਆਪਣੇ ਰਿਸੀਵਰ ਲੱਗਾ ਹੋਇਆ ਜੇ ਤਾਂ ਆਹ ਪਹਿਲਾਂ ਔਨ ਕਰ ਲਾਂਗੇ ਤਾਂ ਇਹਦੇ ਨਾਲ ਕਨੈਕਟ ਹੋ ਜੂਗਾ ਜੇ ਆਹ ਪਹਿਲਾਂ ਔਨ ਕਰ ਦਾਂਗੇ ਇਹਦੇ ਨਾਲ ਕਨੈਕਟ ਹੋ ਜੂਗਾ ਅਤੇ ਜੇ ਉੱਥੇ ਇੱਕ ਰਿਸੀਵਰ ਹੈ ਜਾਂ ਆਪਣੇ ਦੋ ਰਿਸੀਵਰ ਰੱਖੇ ਹੋਏ ਨੇ ਇੱਕ ਜਿਵੇਂ ਦੋ ਟਰੈਕਟਰਾਂ 'ਚ ਅੱਡੋ ਅੱਡ ਰਿਸੀਵਰ ਨੇ ਅਤੇ ਜੇ ਆਪਾਂ ਉਹਨਾਂ ਦੋਵਾਂ ਨੂੰ ਔਨ ਕਰਕੇ ਇਹਨੂੰ ਇਕੱਲੇ ਨੂੰ ਵੀ ਔਨ ਕਰਦੇ ਹਾਂ ਤਾਂ ਦੋਵੇਂ ਕੰਟਰੋਲ ਕਰੂਗਾ ਇਕੱਲਾ ਟਰਾਂਸਮੀਟਰ ਠੀਕ ਹੈ ਇਹਨਾਂ ਦਾ ਸਿਸਟਮ ਹੁੰਦਾ ਥੋੜ੍ਹਾ ਜਿਹਾ ਅਤੇ ਉਸ ਤੋਂ ਇਲਾਵਾ ਖਰਾਬ ਹੈ ਆਪਣੇ 6x6 ਦਾ ਟਰੱਕ ਸੀਗਾ ਟਰੱਕ ਦਾ ਰਿਮੋਟ ਸੀਗਾ ਉਦੋਂ ਆਉਂਦਿਆਂ ਹੀ ਮੈਂ ਹਾਈ ਵੋਲਟੇਜ ਦਿੱਤੀ ਸੀ ਅਤੇ ਸੜ ਗਿਆ ਸੀਗਾ ਅਤੇ ਇਹਨੂੰ ਅਜੇ ਮੈਂ ਖੋਲ੍ਹ ਕੇ ਵੇਖਿਆ ਨਹੀਂ ਗਾ ਕੀ ਦਿੱਕਤ ਹੈ ਇਹਦੇ 'ਚ ਅਤੇ ਗਾਂਹ ਵੇਖਾਂਗੇ ਅਤੇ ਉਸ ਤੋਂ ਇਲਾਵਾ ਜਿਹੜਾ ਆਪਣੇ ਰਿਮੋਟ ਜਿਹੜੇ ਵਰਕਿੰਗ ਕੰਡੀਸ਼ਨ 'ਚ ਨੇ ਉਹ ਸਾਰੇ ਇੱਥੇ ਰੱਖੇ ਹੋਏ ਨੇ ਆਪਣੇ ਸਵਰਾਜ 855 ਦਾ ਰਿਮੋਟ ਹੈ ਆਹ ਓ ਡਬਲੀ ਦਾ ਜਿਹੜਾ ਹਰੇ ਰੰਗ ਦਾ ਟਰੈਕਟਰ ਆਪਣੇ ਕੋਲ ਠੀਕ ਹੈ ਜੀ ਉਹਨੂੰ ਵੀ ਚੇਂਜ ਕਰਾਂਗੇ ਹੁਣ ਇੱਕ ਵਾਰੀ ਉਹਦੀ ਮੈਂ ਕੋਈ ਵੀਡੀਓ ਨਹੀਂ ਲਿਆਉਂਦਾ ਜਿੰਨਾ ਚਿਰ ਉਹਨੂੰ ਚੇਂਜ ਨਹੀਂ ਕਰ ਦਿੰਦਾ ਕਿਉਂਕਿ ਬੜੇ ਵੀਰਾਂ ਦੇ ਕਮੈਂਟ ਆਏ ਸੀ ਇਹਦਾ ਅਗਲੇ ਟਾਇਰ ਬਹੁਤ ਗੰਦੇ ਨੇ ਉਹਨਾਂ ਨੂੰ ਬਦਲੋ ਅਤੇ ਹਜੇ ਮੈਨੂੰ ਕੋਈ ਇਹਨਾਂ ਦੇ ਲਈ ਮਿਲੀ ਨਹੀਂ ਮੋਟਰ ਵਗੈਰਾ ਵਧੀਆ ਪਾਵਰਫੁੱਲ ਜਿਹੜੀ ਕੰਟਰੋਲ ਕਰ ਸਕੇ ਇਸ ਕਰਕੇ ਮੈਂ ਉਹਨੂੰ ਅਜੇ ਯੂਜ਼ ਹੀ ਨਹੀਂ ਕੀਤਾ ਆਹ ਰਿਮੋਟ ਹੈ ਇਹ ਆਪਾਂ ਚੇਂਜ ਕਰ ਲਾਂਗੇ ਅੱਗੇ ਅਤੇ ਕੁਛ ਰਿਮੋਟ ਆ ਟੰਗੇ ਹੋਏ ਨੇ ਆਹ ਆਪਣੇ ਹੈਲੀਕਾਪਟਰ ਦਾ ਰਿਮੋਟ ਹੈ ਅਤੇ ਹੈਲੀਕਾਪਟਰ ਦੀ ਆਪਣੀ ਬੈਟਰੀ ਹੋ ਚੁੱਕੀ ਹੈ ਡੈੱਡ ਇਸ ਕਰਕੇ ਇਹ ਵੀ ਵਿਚਾਰਾ ਖੜ੍ਹਾ ਸਾਫ਼ ਸੂਫ ਕੀਤਾ ਨਹੀਂ ਆਖੋ ਜੀ ਕੱਟਾ ਉਹ ਡਿੱਗ ਪਿਆ ਉੱਡਿਆ ਨਹੀਂ ਉੱਡਣ ਦੀ ਕੋਸ਼ਿਸ਼ ਕਰਦਾ ਵਿਚਾਰਾ ਪਰ ਉੱਡਿਆ ਨਹੀਂ ਜਾਂਦਾ ਇਹਦੀ ਬੈਟਰੀ ਦਾ ਮੈਂ ਪਤਾ ਕੀਤਾ ਔਨਲਾਈਨ ਇਹ ਮੈਨੂੰ ਕੋਈ ਮਿਲੀ ਨਹੀਂ ਗੀ ਬਾਕੀ ਚੇਂਜ ਕਰਾਂਗੇ ਇਹਦੀ ਬੈਟਰੀ ਡੈੱਡ ਹੋ ਚੁੱਕੀ ਹੈ ਫੁੱਲ ਗਈ ਹੈ ਬੈਟਰੀ ਛੋਟੀ ਜਿਹੀ ਬੈਟਰੀ ਹੁੰਦੀ ਉਹਦੇ 'ਚ ਅਤੇ ਫੁੱਲ ਗਈ ਉਹ ਅਤੇ ਉਹ ਵੀ ਚੇਂਜ ਕਰਾਂਗੇ ਅੱਗੇ ਆਪਾਂ ਅਤੇ ਹੁਣ ਗੱਲ ਕਰਦੇ ਹਾਂ ਆਪਾਂ ਸਟੈਂਡ ਦੀ ਠੀਕ ਹੈ ਜੀ ਅਤੇ ਆਹ ਜੀ ਆਪਣਾ ਸਟੈਂਡ ਇਹ ਹੁਣ ਮੈਂ ਬਣਾਇਆ ਰਿਕੋਰਡਿੰਗ ਵਾਸਤੇ ਪਹਿਲਾਂ ਮੈਂ ਹੋਰ ਤਰੀਕੇ ਨਾਲ ਰਿਕੋਰਡਿੰਗ ਕਰਦਾ ਸੀ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਅੱਗੇ ਅਤੇ ਆਹ ਤੁਸੀਂ ਵੇਖ ਸਕਦੇ ਹੋ ਨੋਰਮਲੀ ਸਟੈਂਡ ਹੈ ਇਹਨਾਂ ਦੀ ਇਹਦੀ ਅਨਬੋਕਸਿੰਗ ਵੀ ਕਰ ਚੁੱਕਿਆ ਮੈਂ ਇਹ ਸਿੱਧਾ ਵੈਸੇ ਇੱਦਾਂ ਉੱਤੇ ਰੱਖਿਆ ਜਾਂਦਾ ਔਰ ਆਪਾਂ ਟੇਢਾ ਕੰਧ 'ਚ ਲਾ ਤਾ ਕਿੱਦਾਂ ਲਾਇਆ ਇਹ ਵੀ ਤੁਸੀਂ ਵੇਖ ਲਓ ਦੇਖੋ ਜੀ ਤਿੰਨੇ ਜਿਹੜੇ ਮੇਨ ਸਟੈਂਡ ਦੇ ਥੱਲੇ ਲੱਤਾਂ ਹੁੰਦੀਆਂ ਤਿੰਨੇ ਉਹ ਆਪਾਂ ਨੜਾਂ ਨਾਲ ਕੱਸਤੀਆਂ ਕੰਧ ਦੇ ਨਾਲ ਠੀਕ ਹੈ ਜੀ ਅਤੇ ਇਹਨੂੰ ਕਿੱਦਾਂ ਯੂਜ਼ ਕਰਦੇ ਹਾਂ ਆਪਾਂ ਉਹ ਵੀ ਤੁਹਾਨੂੰ ਮੈਂ ਹੁਣੇ ਸਾਰਾ ਦੱਸਦਾ ਵਾਂ ਅਤੇ ਬਹੁਤ ਵਧੀਆ ਕੰਮ ਵੈਸੇ ਦਿੰਦਾ ਹੈ ਹੁਣੇ ਮੈਂ ਇੱਕ ਦੋ ਵਾਰੀ ਯੂਜ਼ ਕਰਕੇ ਵੇਖਿਆ ਇੱਥੇ ਜਿਹੜਾ ਫੋਨ ਟੰਗ ਦੀ ਤਾਂ ਹਿੱਲਦਾ ਨਹੀਂ ਜਮੀ ਵੇਟ ਬਿਲਕੁਲ ਜਿਹੜਾ ਸਹੀ ਚੱਕ ਲੈਂਦਾ ਫੋਨ ਦਾ ਵੈਸੇ ਫੋਨ ਦਾ ਵੇਟ ਜ਼ਿਆਦਾ ਹੈ ਪਰ ਫਿਰ ਵੀ ਇਹ ਚੱਕ ਲੈਂਦਾ ਕੋਈ ਦਿੱਕਤ ਨਹੀਂ ਆਉਂਦੀ ਹਿੱਲਦਾ ਨਹੀਂ ਗਾ ਇੰਨਾ ਜ਼ਿਆਦਾ ਸਟੈਂਡ ਵੇਖੋ ਜੀ ਇੱਥੇ ਲੋਕ ਲੱਗੇ ਹੋਏ ਨੇ ਖੋਲ੍ਹ ਕੇ ਉੱਥੇ ਥੱਲੇ ਕਰ ਸਕਦੇ ਆਪਾਂ ਸਟੈਂਡ ਉਹ ਤੁਹਾਨੂੰ ਮੈਂ ਅੱਗੇ ਸਾਰਾ ਕਰਕੇ ਵਿਖਾਉਣਾ ਫੋਨ ਟੰਗ ਕੇ ਕਿਵੇਂ ਕਰੀਦਾ ਅਤੇ ਆਪਾਂ ਇੱਧਰ ਹੀ ਹੈਡ ਚਾਰਜਰ ਰੱਖਿਆ ਹੋਇਆ ਆਪਾਂ ਇੱਕ ਨਵਾਂ ਚਾਰਜਰ ਆਪ ਬਣਾਇਆ ਹੁਣ ਆਪਣੀ ਡਰਿੱਲ ਦੀ ਬੈਟਰੀ ਵਾਸਤੇ ਉਹ ਤੁਹਾਨੂੰ ਮੈਂ ਹੁਣ ਦੱਸਦਾ ਡਿਟੇਲ 'ਚ ਅੱਗੇ ਕਿਵੇਂ ਕੰਮ ਕਰਦਾ ਅਤੇ ਕਿਵੇਂ ਬਣਾਇਆ ਕੁਛ ਬੈਟਰੀਆਂ ਨੇ ਅਤੇ ਹਾਂਜੀ ਸਟੈਂਡ ਬਾਰੇ ਤੁਹਾਨੂੰ ਮੈਂ ਹੁਣੇ ਜਿਹੜਾ ਡਿਟੇਲ 'ਚ ਦੱਸਦਾ ਵਾਂ ਅਤੇ ਕਿੱਦਾਂ ਆਪਾਂ ਵਿੱਚ ਆਪਣਾ ਫੋਨ ਵਗੈਰਾ ਟੰਗਦੇ ਇਹਦੇ 'ਚ ਉਹ ਤੁਹਾਨੂੰ ਮੈਂ ਦੱਸਦਾ ਅਤੇ ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਵਿਖਾ ਦੇਣਾ ਆਪਾਂ ਇੱਕ ਟੂਪ ਲਾਈ ਹੋਈ ਹੈ ਜਿੱਥੇ ਜਿੱਦਾਂ ਕਿ ਆਪਾਂ ਇੱਥੇ ਰਿਕੋਰਡਿੰਗ ਕਰਨੀ ਹੈ ਥੱਲੇ ਇਸ ਥਾਂ 'ਤੇ ਇਸ ਕਰਕੇ ਇਹਦੇ ਉੱਤੇ ਆਪਾਂ ਸਪੈਸ਼ਲ ਲਾਈਟ ਵਾਸਤੇ ਟੂਪ ਲਾਈ ਜਦੋਂ ਆਪਾਂ ਰਿਕੋਰਡਿੰਗ ਕਰਨੀ ਹੈ ਉਦੋਂ ਹੀ ਇਹ ਟੂਪ ਯੂਜ਼ ਕਰੀ ਦੀ ਹੈ ਵੈਸੇ ਇੱਕ ਜਿਹੜੀ ਟੂਪ ਇੱਥੇ ਆਪਣੇ ਲੱਗੀ ਹੋਈ ਹੈ ਅਤੇ ਇੱਕ ਟੂਪ ਜਿਹੜੀ ਆਪਾਂ ਇੱਥੇ ਲਾਈ ਹੋਈ ਹੈ ਕਮਰੇ 'ਚ ਦੋ ਟੂਪਾਂ ਨੇ ਉੱਥੇ ਲਾਈਟ ਵਾਸਤੇ ਅਤੇ ਪਰ ਜਿਹੜੀ ਇਹ ਆਹ ਟੂਪ ਹੈ ਆਹ ਇੱਕ ਇਹਨੂੰ ਆਪਾਂ ਸਿਰਫ ਉਦੋਂ ਯੂਜ਼ ਕਰਦੇ ਜਦੋਂ ਇੱਥੇ ਰਿਕੋਰਡਿੰਗ ਕਰਨੀ ਹੁੰਦੀ ਹੈ ਅਤੇ ਇਹਦੇ 'ਚ ਵੀ ਆ ਵੇਖੋ ਇੱਥੇ ਆਪਾਂ ਜਿਹੜਾ ਕੰਧ 'ਚ ਇੱਕ ਕਬਜ਼ਾ ਲਾਇਆ ਹੋਇਆ ਜਿਹੜਾ ਆਪਣੇ ਗੇਟਾਂ 'ਚ ਲੱਗਦਾ ਹਾਫ ਕੱਟ ਕੇ ਅਤੇ ਉਸ ਦੇ ਨਾਲ ਹੀ ਜਿਹੜੀ ਯਾਰ ਟੂਪ ਦੀ ਸਟੈਂਡ ਆ ਉਹ ਟੰਗੀ ਹੋਈ ਹੈ ਇੱਦਾਂ ਆਪਾਂ ਟੂਪ 'ਚ ਕੋਈ ਮੋਰਾ ਨਹੀਂ ਕੀਤਾ ਕਿਉਂਕਿ 2 ਸਾਲ ਦੀ ਇਹਦੀ ਗਰੰਟੀ ਹੈ ਕੱਲ੍ਹ ਨੂੰ ਚੇਂਜ ਕਰਨੀ ਪੈ ਜਾਵੇ ਦਿੱਕਤ ਆ ਸਕਦੀ ਇਸ ਕਰਕੇ ਜਿਹੜਾ ਇਹਦੇ ਨਾਲ ਸਟੈਂਡ ਆਉਂਦਾ ਆਪਾਂ ਉਹਦੇ ਨਾਲ ਹੀ ਇਹਨੂੰ ਕਨੈਕਟ ਕੀਤਾ ਠੀਕ ਹੈ ਜੀ ਉਸ ਤੋਂ ਇਲਾਵਾ ਕਾਫੀ ਲੰਮੀ ਹੋ ਜਾਂਦੀ ਜਿੱਦਾਂ ਟੂਪ ਅਤੇ ਲਿਫ ਜਾਂਦੀ ਅੱਗੇ ਨੂੰ ਇਸ ਕਰਕੇ ਉਹਦੇ ਲਈ ਆਪਾਂ ਵੇਖੋ ਇੱਥੇ ਇੱਕ ਨਟ ਕੱਸਿਆ ਕੰਧ 'ਚ ਉਹਦੇ ਨਾਲ ਇੱਕ ਰੱਸੀ ਲਾਈ ਹੋਈ ਹੈ ਇੱਥੇ ਵੇਖੋ ਜੀ ਇਸ ਥਾਂ 'ਤੇ ਅਤੇ ਇਹ ਜਿੱਦਾਂ ਟੂਪ ਇੱਥੇ ਵਾਪਸ ਆਉਂਦੀ ਹੈ ਨਾ ਆਪਾਂ ਜਿੱਦਾਂ ਮੈਂ ਤੁਹਾਨੂੰ ਕਰਦਾ ਵੇਖੋ ਜੀ ਇਸ ਤਰ੍ਹਾਂ ਟੂਪ ਇੱਥੇ ਇਸ ਥਾਂ 'ਤੇ ਆ ਜਾਂਦੀ ਇਹਦੇ ਉੱਤੇ ਜਿੱਦਾਂ ਥੱਲੇ ਆਪਾਂ ਰਿਕੋਰਡਿੰਗ ਕਰਨੀ ਹੈ ਅਤੇ ਉੱਤੇ ਆਪਣੇ ਇਸ ਥਾਂ 'ਤੇ ਟੂਪ ਲੱਗ ਜਾਂਦੀ ਇੱਦਾਂ ਅਤੇ ਇਹ ਜਿਹੜੀ ਹੈ ਥੋੜ੍ਹੀ ਜਿਹੀ ਲਿਫ ਜਾਂਦੀ ਸੀ ਆਉਣ ਨੂੰ ਜਿੱਦਾਂ ਆਪਾਂ ਇੱਥੇ ਆ ਕੇ ਰੋਕਦੇ ਹਨ ਇਹ ਆਟੋਮੈਟਿਕ ਵਾਪਸ ਉੱਧਰ ਨੂੰ ਹੀ ਤੁਰ ਜਾਂਦੀ ਸੀ ਇਸ ਕਰਕੇ ਇੱਥੇ ਆਪਾਂ ਇੱਕ ਛੋਟੀ ਜਿਹੀ ਚੁੰਬਕ ਲਾਈਏ ਜਦੋਂ ਆਪਣੀ ਟੂਪ ਇੱਥੇ ਆਉਂਦੀ ਇੱਦਾਂ ਵੇਖੋ ਜੀ ਚੁੰਬਕ 'ਤੇ ਇੱਥੇ ਰੁਕ ਜਾਂਦੀ ਫਿਰ ਅਤੇ ਵਾਪਸ ਨਹੀਂ ਜਾਂਦੀ ਅਤੇ ਇਸ ਕਰਕੇ ਆਪਾਂ ਇੱਥੇ ਚੁੰਬਕ ਯੂਜ਼ ਕੀਤੀ ਹੈ ਹਾਂਜੀ ਜਦੋਂ ਆਪਾਂ ਜਿੱਦਾਂ ਰਿਕੋਰਡਿੰਗ ਕਰਨੀ ਹੁੰਦੀ ਕਿਸੇ ਵੀ ਚੀਜ਼ ਦੀ ਕੋਈ ਟਰੈਕਟਰ ਬਣਾਉਣਾ ਹੈ ਕਿਸੇ ਤਰ੍ਹਾਂ ਦੀ ਉੱਥੇ ਰਿਕੋਰਡਿੰਗ ਕਰਨੀ ਅਤੇ ਇੱਥੋਂ ਆਪਾਂ ਜਿਹੜਾ ਬਟਨ ਅੱਪ ਕੇ ਅਤੇ ਇਹਨੂੰ ਜਗਾ ਸਕਦੇ ਹਾਂ ਕੋਈ ਇਹਨਾਂ ਥੱਲੇ ਚਾਨਣ ਹੋ ਜਾਂਦਾ ਪੂਰਾ
ਜਿੱਦਾਂ ਤੁਸੀਂ ਵੇਖ ਸਕਦੇ ਹੋ ਮੈਟ ਆਪਣਾ ਰਿਕੋਰਡਿੰਗ ਵਾਲਾ, ਤੇ ਇਹਦੇ ਉੱਤੇ ਤੁਸੀਂ ਵੇਖ ਸਕਦੇ ਹੋ ਪੂਰਾ ਚਾਨਣ ਹੈ। ਬਾਕੀ ਅੱਗੇ ਵੀਡੀਓ ਔਨ ਕਰਨੀ ਹੈ ਬਹੁਤ ਵਧੀਆ ਕੁਆਲਿਟੀ 'ਚ, ਅਤੇ ਸਟੈਂਡ ਵੀ ਆਪਾਂ ਵਿਖਾਉਂਦੇ ਹਾਂ ਤੁਹਾਨੂੰ ਅੱਗੇ ਯੂਜ਼ ਕਰਕੇ। ਕੁਛ ਆ ਲਾਈਟ ਜਗ ਰਹੀ ਇਸ ਕਰਕੇ ਵੀਡੀਓ 'ਚ ਦਿੱਕਤ ਆ ਰਹੀ ਹੈ, ਇਸ ਕਰਕੇ ਆਪਾਂ ਜਿਹੜੀ ਲਾਈਟ ਪੂਰੀ ਬੰਦ ਕਰ ਦੇਣੀ ਇੱਥੋਂ ਵਾਲੀ, ਅਤੇ ਆਪਾਂ ਲਾਈਟ ਨੂੰ ਵੀ ਆਪਾਂ ਕਲੋਜ਼ ਕਰ ਦੇਣੇ ਹਾਂ ਤਾਂ ਕਿ ਆਟੋਮੈਟਿਕ ਉੱਧਰੋਂ ਤੁਰ ਜਾਂਦੀ ਹੈ। ਅਤੇ ਉਸ ਤੋਂ ਇਲਾਵਾ ਆਪਾਂ ਸਟੈਂਡ ਦੀ ਗੱਲ ਕਰਦੇ ਹਾਂ, ਅਤੇ ਸਟੈਂਡ ਕਿੱਦਾਂ ਯੂਜ਼ ਕਰਦਾ ਮੈਂ ਉਹ ਤੁਹਾਨੂੰ ਦੱਸਦਾ, ਪਰ ਉਸ ਤੋਂ ਪਹਿਲਾਂ ਮੈਂ ਦੱਸਦਾ ਜਿਹੜਾ ਪਹਿਲਾਂ ਮੇਰਾ ਪੁਰਾਣਾ ਸਟੈਂਡ ਸੀਗਾ ਉਹ ਕਿਵੇਂ ਯੂਜ਼ ਕਰਦਾ ਸੀ ਮੈਂ। ਕਿਉਂਕਿ ਆਹ ਵੇਖੋ ਜੀ ਇੱਥੇ ਆਪਣੇ ਟੂਲ ਪਏ ਨੇ ਸਾਰੇ ਏ ਟੂ ਜੈਡ ਜਿੰਨੇ ਵੀ ਆਪਾਂ ਯੂਜ਼ ਕਰਦੇ ਹਾਂ, ਪਹਿਲਾਂ ਵੀ ਵਿਖਾਏ ਸੀ ਮੈਂ ਤੁਹਾਨੂੰ, ਅਤੇ ਆਹ ਸਾਰੇ ਟੂਲ ਨੇ ਆਪਣੇ। ਅਤੇ ਉਸ ਤੋਂ ਇਲਾਵਾ ਕੁਛ ਆ ਡੱਬੇ ਨੇ, ਇਹ ਤੁਹਾਨੂੰ ਮੈਂ ਬਾਅਦ 'ਚ ਦੱਸਦਾ ਵਾਂ। ਫਿਲਹਾਲ ਜਿਹੜੇ ਕੰਮ ਲਈ ਵੀਡੀਓ ਇੱਧਰ ਕੀਤਾ ਮੈਂ ਫੋਨ ਉਹ ਤੁਹਾਨੂੰ ਦੱਸਦਾ। ਵੇਖੋ ਜੀ ਪਹਿਲਾਂ ਇਸ ਸਟੈਂਡ 'ਤੇ ਮੈਂ ਆਪਦੀ ਜਿਹੜੀ ਰਿਕੋਰਡਿੰਗ ਕਰਦਾ ਸੀ ਸਾਰੀ, ਠੀਕ ਹੈ ਜੀ, ਅਤੇ ਉਹਦੇ ਉੱਤੇ ਆ ਕੋਈ ਇਸ ਤਰ੍ਹਾਂ ਦਾ ਮੈਂ ਪਲਾਸਟਿਕ ਲੱਕੜ ਦਾ ਇੱਕ ਟੁਕੜਾ ਲਾਇਆ ਹੋਇਆ ਸੀਗਾ। ਵੇਖੋ ਹੁਣ ਤਾਂ ਇੱਥੇ ਆਪਾਂ ਬਾਉਂਡਰੀ ਜੀ ਲਾਤੀ ਹੈ ਵੀ ਸਮਾਨ ਨਾ ਡਿੱਗੇ ਪਲਾਸਟਿਕ ਦੀ, ਪਹਿਲਾਂ ਇਹ ਹੈ ਨਹੀਂ ਸੀ ਇੱਥੇ, ਇੱਥੇ ਆ ਸਿਰਫ ਟੁਕੜਾ ਲੱਗਾ ਹੋਇਆ ਸੀਗਾ ਇੱਦਾਂ ਦਾ। ਅਤੇ ਉਹਦੇ ਉੱਤੇ ਆ ਜਿਹੜਾ ਕੱਸਣ ਵਾਲਾ ਇੱਕ ਕਲੰਪ ਤੁਸੀਂ ਕਹਿ ਸਕਦੇ ਹੋ ਇਹਨੂੰ, ਕੋਈ ਇੱਥੇ ਨਟ ਲੱਗਾ ਹੁੰਦਾ ਇੱਕ ਸੀਂਦਾ ਟਾਇਟ ਹੋ ਜਾਂਦਾ, ਠੀਕ ਹੈ ਜੀ, ਇੱਥੇ ਐਂ ਰੱਖ ਕੇ। ਅਤੇ ਇਹਦੇ ਵਿੱਚ ਮੈਂ ਰੱਖਣਾ ਸਟਿੱਕ ਤੁਹਾਨੂੰ ਵਿਖਾਉਣਾ, ਵੇਖੋ ਜੀ ਇਸ ਤਰ੍ਹਾਂ ਦਾ ਆਹ ਡੰਡਾ ਮੈਂ ਯੂਜ਼ ਕਰਦਾ ਸੀ ਪਹਿਲਾਂ ਰਿਕੋਰਡਿੰਗ ਵਾਸਤੇ। ਵੇਖੋ ਜੀ ਐਵੇਂ ਦਾ ਡੰਡਾ, ਵੇਖੋ ਇਹਦੇ ਵਿੱਚ ਇੱਦਾਂ ਲੱਗ ਜਾਂਦਾ ਸੀਗਾ ਜੀ, ਤਾਂ ਤੁਸੀਂ ਸਮਝ ਗਏ ਹੋਗੇ, ਮੈਂ ਤੁਹਾਨੂੰ ਬਾਕੀ ਕਰਕੇ ਵਿਖਾ ਦੇਣਾ। ਵੇਖੋ ਜੀ ਕਲੰਪ ਜਿਹਾ ਇਹਦੇ ਵਿੱਚ ਲੱਗਦਾ ਇੱਦਾਂ, ਅਤੇ ਆਹ ਜਿਹੜਾ ਇਹਦੇ ਉੱਤੇ ਐਂ ਲੱਗ ਜਾਂਦਾ ਹੁੰਦਾ ਸੀਗਾ ਇਸ ਤਰੀਕੇ ਨਾਲ, ਠੀਕ ਹੈ ਜੀ। ਹੁਣ ਤਾਂ ਇੱਥੇ ਆ ਪਲਾਸਟਿਕ ਦੀ ਬਾਉਂਡਰੀ ਪਹਿਲਾਂ ਹੈ ਨਹੀਂ ਸੀਗੀ, ਕੋਈ ਇਹਦੇ ਵਿੱਚ ਪੈ ਕੇ ਅਤੇ ਇਹਨੂੰ ਕੱਸ ਦਈਦਾ ਸੀ ਨਟ ਨੂੰ ਪੂਰਾ, ਠੀਕ ਹੈ ਜੀ, ਇੱਥੇ ਲੱਗ ਜਾਂਦਾ ਸੀ। ਹੁਣ ਤਾਂ ਇਹਦੀ ਮੁੰਡੀ ਜੀ ਖਾਲੀ ਹੋ ਗਈ ਉੱਤੋਂ, ਕਿਉਂਕਿ ਆਪਾਂ ਇਹਦਾ ਜਿਹੜਾ ਸਟੈਂਡ ਆ ਉਹ ਲਾ ਲਿਆ। ਇਹਦੇ ਉੱਤੇ ਜਿਹੜਾ ਲੱਗਦਾ ਉਹ ਤੁਹਾਨੂੰ ਮੈਂ ਵਿਖਾ ਦੇਣਾ ਕਿੱਥੇ ਆਪਣਾ ਉਹ ਆਪਣਾ ਲੱਗਾ ਹੋਇਆ ਜੀ ਆ ਰਿਹਾ। ਵੇਖੋ ਜੀ ਆਹ ਜਿਹੜਾ ਇੱਥੋਂ ਇੱਕ ਨਟ ਖੋਲ੍ਹ ਕੇ ਆਪਾਂ ਆਹ ਹਿੱਸਾ ਆਹ ਜਿਹੜਾ ਆਹ ਗੋਲ ਤੁਸੀਂ ਵੇਖ ਸਕਦੇ ਹੋ, ਠੀਕ ਹੈ, ਇਹ ਪਹਿਲਾਂ ਇੱਥੇ ਇਹਦੇ ਉੱਤੇ ਲੱਗਾ ਹੋਇਆ ਸੀਗਾ ਇਸ ਥਾਂ 'ਤੇ, ਠੀਕ ਹੈ ਜੀ। ਅਤੇ ਇਹਨੂੰ ਆਪਾਂ ਇੱਥੇ ਐਂ ਲਾ ਦਿੰਦੇ ਹੁੰਦੇ ਸੀਗੇ ਇੱਦਾਂ, ਅਤੇ ਇਹਦੇ ਉੱਤੇ ਫੋਨ ਰੱਖ ਕੇ ਅਤੇ ਆਪਾਂ ਥੱਲੇ ਰਿਕੋਰਡਿੰਗ ਕਰਦੇ ਸੀ ਸਾਰੀ, ਠੀਕ ਹੈ, ਇਸ ਤਰ੍ਹਾਂ ਸਟੈਂਡ ਯੂਜ਼ ਕਰਦੇ ਸੀ ਆਪਾਂ। ਅਤੇ ਪਰ ਹੁਣ ਆਪਾਂ ਸਟੈਂਡ ਬਣਾ ਲਿਆ, ਅਤੇ ਇਹਨੂੰ ਕਰਾਂਗੇ ਯੂਜ਼ ਅੱਗੇ ਤੋਂ, ਅਤੇ ਇਹਨੂੰ ਵੀ ਤੁਹਾਨੂੰ ਮੈਂ ਅੱਗੇ ਵਿਖਾਉਂਦਾ ਸਾਰਾ। ਮੇਰੇ ਹਿਸਾਬ ਨਾਲ ਫੋਨ ਮੈਨੂੰ ਇੱਕ ਥਾਂ 'ਤੇ ਰੱਖਣਾ ਪਊਗਾ, ਫਿਰ ਤੁਹਾਨੂੰ ਜਿਹੜਾ ਮੈਂ ਦੋਵੇਂ ਹੱਥਾਂ ਨਾਲ ਪੂਰਾ ਕੰਟਰੋਲ ਕਰਕੇ ਵਿਖਾਵਾਂਗਾ ਪੂਰਾ ਸਟੈਂਡ, ਅਤੇ ਇਹਦੀ ਲੰਬਾਈ ਵਿਖਾਵਾਂਗੇ ਵੀ ਕਿੰਨੀ ਲੰਮਾ। ਜਿੱਦਾਂ ਕਿ ਇਹਦਾ ਆਹ ਦਿੱਕਤ ਹੈ, ਇਹਨੂੰ ਆਪਾਂ ਲੈਫਟ ਰਾਈਟ ਇੱਦਾਂ ਨਹੀਂ ਜ਼ਿਆਦਾ ਕਰ ਸਕਦੇ, ਇੱਦਾਂ ਇੱਧਰ ਉੱਧਰ ਉੱਤੇ ਥੱਲੇ ਜਾਂ ਲੰਬਾਈ 'ਚ ਜਿੰਨਾ ਵੀ ਲੰਮਾ ਕਰਨਾ ਉਨਾ ਕਰ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਜਿਹੜੀਆਂ ਆਪਾਂ ਪਲਾਸਟਿਕ ਦੀਆਂ ਕੱਸੀਆਂ ਹੋਈਆਂ ਇਹ ਉੱਤੇ ਥੱਲੇ ਜਾਣ ਵਾਸਤੇ ਆ, ਲੈਫਟ ਰਾਈਟ ਜਾਣ ਵਾਸਤੇ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਮਕੈਨਿਜ਼ਮ ਨਹੀਂ ਗਾ, ਇਹ ਸਿਰਫ ਉੱਤੇ ਥੱਲੇ ਜਾਣ ਲਈ ਬਣਿਆ, ਠੀਕ ਹੈ ਯਾਰ। ਵੇਖੋ ਇੱਦਾਂ, ਬਾਕੀ ਤੁਹਾਨੂੰ ਸਭ ਨਾਲੋਂ ਪਹਿਲਾਂ ਮੈਂ ਹੁਣ ਆਹ ਹੀ ਵਿਖਾਉਂਦਾ ਸਟੈਂਡ ਹੀ, ਅਤੇ ਉਸ ਤੋਂ ਬਾਅਦ ਜਿਹੜੀ ਹੋਰ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਹਨਾਂ ਬਾਰੇ ਤੁਹਾਨੂੰ ਦੱਸਾਂਗਾ। ਆਹ ਸਭ ਤੋਂ ਪਹਿਲਾਂ ਆਪਣਾ ਜਿਹੜਾ ਸਟੈਂਡ ਹੈ ਇਹਨੂੰ ਜਦੋਂ ਆਪਾਂ ਕੋਈ ਯੂਜ਼ ਨਹੀਂ ਕਰਨਾ ਹੁੰਦਾ ਤਾਂ ਵੇਖੋ ਜੀ ਇਸ ਤਰ੍ਹਾਂ ਇੱਥੇ ਲੌਕ ਕਰਕੇ ਰੱਖੀਦਾ ਇਹਨੂੰ, ਵੇਖੋ ਜੀ, ਠੀਕ ਹੈ ਜੀ, ਉੱਤੇ ਰਹਿੰਦਾ ਅਤੇ ਥੱਲੇ ਆਪਾਂ ਜੇ ਕੋਈ ਹੋਰ ਕੰਮ ਕਰਨਾ ਤਾਂ ਕਰ ਸਕਦੇ ਹਾਂ, ਇਸ ਕਰਕੇ ਇੱਦਾਂ ਉੱਤੇ ਰਹਿੰਦਾ। ਜਦੋਂ ਆਪਾਂ ਰਿਕੋਰਡਿੰਗ ਕਰਨੀ ਹੁੰਦੀ ਹੈ ਅਤੇ ਇਹਦੇ ਜਿਹੜੇ ਇੱਥੇ ਲੌਕ ਲੱਗੇ ਹੋਏ ਨੇ ਤਿੰਨੇ ਲੌਕ ਆਪਾਂ ਖੋਲ੍ਹਾਂਗੇ ਇਸ ਤਰ੍ਹਾਂ, ਠੀਕ ਹੈ ਜੀ, ਅਤੇ ਲੌਕ ਖੋਲ੍ਹਣ ਤੋਂ ਬਾਅਦ ਵੇਖੋ ਜੀ ਥੱਲੇ ਆ ਜਾਂਦਾ ਇੱਦਾਂ। ਅਤੇ ਇਹਦੇ ਵਿੱਚ ਜਿੱਦਾਂ ਤਿੰਨ ਲੌਕ ਨੇ, ਯਾਨੀ ਕਿ ਤਿੰਨ ਸਟੈਪਾਂ 'ਚ ਇੱਦਾਂ ਖੁੱਲ੍ਹ ਸਕਦਾ, ਜਿੱਦਾਂ ਆਪਾਂ ਇੰਨਾ ਖੋਲ੍ਹਤਾ ਨੰਬਰ 1 ਸਟੈਪ ਜਿਹੜਾ ਆਪਣਾ, ਠੀਕ ਹੈ ਜੀ, ਆਪਾਂ ਨੂੰ ਇਹ ਇੰਨੇ ਦੀ ਜੇ ਲੋੜ ਹੈ ਇੱਥੇ ਆਪਾਂ ਹੋਰ ਰਿਕਾਰਡ ਕਰ ਸਕਦੇ ਹਾਂ ਇਸ ਥਾਂ 'ਤੇ ਰੱਖ ਕੇ, ਠੀਕ ਹੈ ਜੀ, ਇੰਨਾ। ਪਰ ਜੇ ਆਪਾਂ ਹੋਰ ਇੱਧਰ ਨੂੰ ਜਾਣਾ ਐ ਨੂੰ ਰਿਕੋਰਡਿੰਗ ਹੋਰ ਜਿਵੇਂ ਥੋੜ੍ਹਾ ਜਿਹਾ ਡੱਬਿਆਂ ਵੱਲ ਹੋ ਕੇ ਕਰਨੀ ਹੈ ਰਿਕੋਰਡਿੰਗ ਇਸ ਸਾਈਡ 'ਤੇ, ਅਤੇ ਫਿਰ ਆਪਾਂ ਇਹਨੂੰ ਹੋਰ ਲੰਮਾ ਕਰ ਸਕਦੇ ਹਾਂ। ਉਹਦੇ ਲਈ ਇੱਥੇ ਜਿਹੜੇ ਦੂਜੇ ਲੋਕ ਨੇ ਸੈਕਿੰਡ ਵਾਲੇ ਉਹ ਵੀ ਆਪਾਂ ਖੋਲ੍ਹ ਦਾਂਗੇ ਇੱਦਾਂ, ਠੀਕ ਹੈ ਜੀ, ਅਤੇ ਇਹਨਾਂ ਨੂੰ ਆਪਾਂ ਹੋਰ ਲੰਮਾ ਕਰ ਲਾਂਗੇ, ਬਸ ਇੰਨੇ ਲੰਮੇ ਹੁੰਦੇ ਨੇ। ਅਤੇ ਇੱਥੇ ਲੋਕ ਆਪਾਂ ਲਾ ਦੇਣੇ ਆ ਜਿਹੜੇ, ਠੀਕ ਹੈ ਜੀ, ਲਓ ਜੀ ਵੇਖੋ ਐਡਾ ਲੰਮਾ ਹੋ ਗਿਆ ਸਟੈਂਡ, ਇਹਦੇ ਉੱਤੇ ਫੋਨ ਵੀ ਟੰਗ ਲਓਗੇ, ਫੋਨ ਦਾ ਵਜਨ ਚੱਕ ਲੂਗਾ ਆਰਾਮ ਨਾਲ। ਬਾਕੀ ਤੁਹਾਨੂੰ ਮੈਂ ਫੋਨ ਟੰਗ ਕੇ ਵੀ ਵਿਖਾ ਦੇਣਾ ਅੱਗੇ, ਠੀਕ ਹੈ ਜੀ। ਅਤੇ ਬਾਕੀ ਇਹਨਾਂ ਲੰਮਾ ਕਰਨ ਦੀ ਆਪਾਂ ਲੋੜ ਨਹੀਂ ਪੈਣੀ, ਬਾਕੀ ਇਹਦੇ ਉੱਤੇ ਜ਼ਿਆਦਾ ਵਜਨ ਨਹੀਂ ਪਾਉਂਦੇ ਕਿਉਂਕਿ ਜਦੋਂ ਲੰਬਾਈ ਵੱਧ ਜਾਂਦੀ ਫਿਰ ਆ ਜਿਹੜੀਆਂ ਪਤਲੀਆਂ ਹੋ ਜਾਂਦੀਆਂ, ਇਸ ਕਰਕੇ ਆ ਜਿਹੜੇ ਲੋਕ ਟੁੱਟਣ ਦਾ ਡਰ ਰਹਿੰਦਾ, ਜਿੱਦਾਂ ਥੋੜ੍ਹੇ ਜਿਹੇ ਲੂਜ਼ ਹੋ ਜਾਂਦੇ ਲੋਕ, ਇਸ ਕਰਕੇ ਇੰਨਾ ਦੂਰ ਦਾ ਆਪਾਂ ਨੂੰ ਕੋਈ ਲੋੜ ਵੀ ਕੋਈ ਨਹੀਂ ਕਿ ਆਪਾਂ ਇੱਥੇ ਜੇ ਰਿਕੋਰਡਿੰਗ ਕਰਨੀ, ਇਸ ਕਰਕੇ ਆ ਲੋਕ ਜੇ ਆਪਾਂ ਬੰਦ ਹੀ ਕਰ ਦਿੰਦੇ ਹਾਂ, ਠੀਕ ਹੈ ਜੀ। ਅਤੇ ਲੋਕ ਬੰਦ ਕਰ ਲਈਏ ਪਹਿਲਾਂ ਆਪਾਂ, ਵੇਖੋ ਜੀ ਲੋਕ ਬੰਦ ਕਰਨ ਤੋਂ ਬਾਅਦ ਇੱਦਾਂ ਕਲੋਜ਼ ਹੋ ਜਾਣਗੇ ਸਾਰੇ, ਅਤੇ ਹੁਣ ਆਹ ਰਹਿ ਗਏ ਆਪਣੇ, ਅਤੇ ਹਜੇ ਵੀ ਆਪਾਂ ਥੋੜ੍ਹਾ ਜਿਹਾ ਅੱਗੇ ਆ, ਆਪਾਂ ਥੋੜ੍ਹਾ ਪਰਾਂ ਕਰਕੇ ਰਿਕੋਰਡਿੰਗ ਕਰਨੀ, ਇਸ ਕਰਕੇ ਵੀ ਲੋਕ ਆਪਾਂ ਥੋੜ੍ਹੇ ਜਿਹੇ ਕਰ ਦਾਂਗੇ ਬੰਦ, ਠੀਕ ਹੈ।
ਉਸ ਤੋਂ ਇਲਾਵਾ ਜੇ ਤੁਸੀਂ ਉੱਤੇ ਕਰਕੇ ਰਿਕਾਰਡਿੰਗ ਕਰਨੀ ਹੈ ਇੱਦਾਂ, ਠੀਕ ਹੈ ਜੀ, ਅਤੇ ਇਹਨੂੰ ਵੀ ਤੁਸੀਂ ਇੱਥੇ ਲੋਕ ਕਰ ਸਕਦੇ ਹੋ ਇਸ ਥਾਂ ਦੇ ਉੱਤੇ, ਅਤੇ ਇੱਥੇ ਵੀ ਲੋਕ ਹੋ ਜੂਗਾ ਆਰਾਮ ਨਾਲ, ਠੀਕ ਹੈ। ਉਸ ਤੋਂ ਇਲਾਵਾ ਥੱਲੇ ਨੂੰ ਕਰਨਾ ਹੈ, ਠੀਕ ਹੈ ਜੀ, ਇੱਦਾਂ ਥੱਲੇ ਰਿਕਾਰਡਿੰਗ ਕਰਨੀ, ਥੱਲੇ ਵੀ ਹੋਜੂਗੀ, ਥੋੜ੍ਹਾ ਲੈਫਟ ਰਾਈਟ ਵੀ ਕਰਨਾ ਅਤੇ ਥੋੜ੍ਹਾ ਲੈਫਟ ਰਾਈਟ ਵੀ ਹੋਜੂ ਇਸ ਤਰੀਕੇ ਨਾਲ। ਔਰ ਬਾਕੀ ਆਪਾਂ ਰਿਕਾਰਡਿੰਗ ਜਿਹੜੀ ਕਰਨੀ ਹੈ ਆਪਣੀ, ਉਹ ਇੱਥੇ ਹੁੰਦੀ ਜ਼ਿਆਦੀ ਇਸ ਥਾਂ 'ਤੇ, ਅਤੇ ਇਸ ਕਰਕੇ ਆਪਾਂ ਸਾਰੇ ਲੋਕ ਕਰਦੇ ਨੇ ਇਹਨਾਂ ਨੂੰ, ਅਤੇ ਇੱਥੇ ਮੈਂ ਤੁਹਾਨੂੰ ਫੋਨ ਟੰਗ ਕੇ ਵਿਖਾਉਂਦਾ ਵਾਂ। ਜੀ ਆਹ ਮੇਰਾ ਪਹਿਲਾ ਫੋਨ ਹੈ, ਠੀਕ ਹੈ, ਰੈਡਮੀ ਨੋਟ 5 ਪ੍ਰੋ, ਪਹਿਲਾਂ ਯੂਜ਼ ਕਰਦਾ ਸੀ, ਅੱਜ ਤੋਂ ਸਾਲ ਪਹਿਲਾਂ, ਹੁਣ K20 ਪ੍ਰੋ ਯੂਜ਼ ਕਰ ਰਿਹਾ ਮੈਂ, ਅਤੇ ਆਹ ਇੱਥੇ ਕੈਮਰਾ ਸਟੈਂਡ ਹੈ, ਇੱਦਾਂ ਆਪਾਂ ਇਹਨੂੰ ਟੰਗ ਦਾਂਗੇ ਜੀ ਇੱਥੇ, ਠੀਕ ਹੈ ਜੀ। ਐਂ ਫੋਨ ਆਪਣਾ ਟੰਗਿਆ ਜੋ ਥੱਲੇ ਕਿਸੇ ਤਰ੍ਹਾਂ ਦਾ ਹੱਥ ਨਹੀਂ ਵੱਜਦਾ, ਅੱਗੇ ਉਹ ਜਿਹੜੀ ਲੱਕੜ ਜੀ ਸੀ ਆਪਣੀ ਸਟੈਂਡ ਵਾਲੀ ਜਿਹੜੀ ਆਪਾਂ ਯੂਜ਼ ਕਰਦੇ ਹਾਂ, ਉਹ ਇੱਦਾਂ ਲੱਗੀ ਹੁੰਦੀ ਸੀਗੀ, ਠੀਕ ਹੈ, ਉਹਦੇ ਉੱਤੇ ਫੋਨ ਟੰਗਿਆ ਹੁੰਦਾ ਸੀਗਾ, ਕਿਸੇ ਤਰ੍ਹਾਂ ਦਾ ਹੱਥ ਵੱਜ ਜਾਂਦਾ ਸੀ ਜਾਂ ਥੱਲੋਂ ਦੀ ਕੋਈ ਚੀਜ਼ ਫੜਨ 'ਚ ਦਿੱਕਤ ਹੁੰਦੀ ਸੀ ਆਪਾਂ ਨੂੰ। ਹੁਣ ਕੋਈ ਦਿੱਕਤ ਨਹੀਂ ਗੀ, ਇੱਥੇ ਆਪਣਾ ਫੋਨ ਹੈ, ਉੱਤੇ ਕਰਨਾ, ਉੱਤੇ ਹੋ ਜੂਗਾ, ਥੱਲੇ ਕਰਨਾ ਥੱਲੇ ਹੋ ਜੂ, ਜਿਵੇਂ ਵੀ ਕਰਨਾ ਉਵੇਂ ਤੁਸੀਂ ਬਸ ਲੋਕ ਖੋਲ੍ਹਣਾ, ਉੱਤੇ ਥੱਲੇ ਕਰ ਲੈਣਾ, ਤੁਸੀਂ ਚਾਹੋ ਤਾਂ ਯੂਜ਼ ਕਰ ਸਕਦੇ ਹੋ ਇੱਦਾਂ ਤਰੀਕਾ ਕੰਧ ਚਲਾ ਕੇ, ਅਤੇ ਬਾਕੀ ਤੁਹਾਡੇ ਡਿਪੈਂਡ ਹੈ ਤੁਸੀਂ ਕਿੱਦਾਂ ਰਿਕਾਰਡਿੰਗ ਕਰਦੇ ਹੋ, ਜੇ ਕਰਦੇ ਹੋ ਤਾਂ, ਠੀਕ ਹੈ। ਅਤੇ ਆਹ ਆਪਣਾ ਸਿਸਟਮ ਹੋ ਗਿਆ, ਅਤੇ ਕੁਆਲਿਟੀ ਵੀ ਇੱਥੇ ਬਹੁਤ ਵਧੀਆ ਆਊਗੀ ਕਿਉਂਕਿ ਉੱਤੇ ਹੀ ਲਾਈਟ ਲੱਗ ਚੁੱਕੀ ਹੈ। ਅਤੇ ਬਾਕੀ ਤੁਹਾਨੂੰ ਮੈਂ ਇਹਦਾ ਕੈਮਰਾ ਚਲਾ ਕੇ ਵਿਖਾ ਦੇਣਾ, ਵੈਸੇ ਕੈਮਰਾ ਇਹਦਾ ਵੀ ਬਹੁਤ ਵਧੀਆ, ਪਹਿਲੀਆਂ ਵੀਡੀਓ ਸਾਰੀਆਂ ਇਹਦੇ ਕੈਮਰੇ ਤੋਂ ਹੀ ਆਈਆਂ ਨੇ, ਪਰ ਦਿੱਕਤ ਇਹ ਇਹਦੀ ਜਿਹੜੀ ਮੇਰੇ ਤੋਂ ਡਿੱਗ ਕੇ ਨਾ ਇਹਦੀ ਡਿਸਪਲੇ ਟੁੱਟ ਗਈ ਸੀ, ਅਤੇ ਉਸ ਤੋਂ ਬਾਅਦ ਜਿਹੜੀ ਡੁਪਲੀਕੇਟ ਪਾਈ ਆਪਾਂ, ਇਸ ਕਰਕੇ ਜਿਹੜੀ ਉਹ ਕੁਆਲਿਟੀ ਨਹੀਂ ਮਿਲਦੀ ਆਪਾਂ ਨੂੰ, ਪਰ ਫਿਰ ਵੀ ਠੀਕ ਹੈ। ਆਪਾਂ ਜਿਹੜਾ ਸੈੱਟ ਕਰਨਾ ਹੈ, ਉਸ ਤੋਂ ਇਲਾਵਾ ਇਹਦਾ ਇਹਦੇ ਹੋਰ ਵੀ ਸਿਸਟਮ ਹੈ, ਆਹ ਜਿਹੜੇ ਇਹਦੇ ਵਿੱਚ ਹੋਰ ਲੋਕ ਲੱਗੇ ਹੋਏ ਨੇ, ਆਹ ਇੱਕ ਲੋਕ ਤੁਸੀਂ ਵੇਖ ਸਕਦੇ ਹੋ, ਇਹਨੂੰ ਢਿੱਲਾ ਕਰਿਆ ਆਪਾਂ ਇੱਦਾਂ ਫੋਨ ਲੈਫਟ ਰਾਈਟ ਕਰਨਾ ਹੈ ਜੀ, ਠੀਕ ਹੈ ਜੀ, ਕਰ ਸਕਦੇ ਹੋ, ਕੁਆਲਿਟੀ ਤੁਸੀਂ ਵੇਖ ਸਕਦੇ ਹੋ ਕਾਫੀ ਵਧੀਆ, ਠੀਕ ਹੈ ਜੀ, ਲਾਈਟ ਉੱਤੇ ਚੱਲਣ ਦੀ। ਬਾਕੀ ਤੁਹਾਨੂੰ ਮੈਂ ਲਾਈਟ ਬੰਦ ਕਰਕੇ ਵੀ ਕੁਆਲਿਟੀ ਵਿਖਾ ਦੇਣਾ, ਆਹ ਵੇਖੋ ਜੀ ਲਾਈਟ ਬੰਦ ਹੈ ਅਤੇ ਆਹ ਲਾਈਟ ਜਗਾਉਂਦੇ ਹਾਂ, ਇੰਨਾ ਫਰਕ ਪੈ ਜਾਂਦਾ, ਅਤੇ ਬਾਕੀ ਬਹੁਤ ਵਧੀਆ ਲਾਈਟ ਵਾਲਾ ਸਿਸਟਮ ਵੀ ਮੈਨੂੰ ਲੱਗਾ। ਅਤੇ ਆਹ ਜਿਵੇਂ ਆਪਾਂ ਇੱਥੇ ਕਸਤਾ ਹੈ, ਉਸ ਤੋਂ ਇਲਾਵਾ ਇਹਦੇ ਉੱਤੇ ਇੱਕ ਲੱਗਾ ਹੋਇਆ, ਇਹਨੂੰ ਆਪਾਂ ਖੋਲ੍ਹ ਕੇ ਅਤੇ ਇੱਦਾਂ ਉੱਤੇ ਥੱਲੇ ਕਰ ਸਕਦੇ ਹਾਂ, ਠੀਕ ਹੈ ਜੀ, ਫੋਨ ਨੂੰ ਇਹਨੂੰ ਵੀ ਇੱਥੇ ਕੱਸ ਦਿੰਦੇ ਹਾਂ। ਉਸ ਤੋਂ ਇਲਾਵਾ ਇੱਥੇ ਇੱਕ ਹੋਰ ਲੋਕ ਲੱਗਾ ਹੋਇਆ, ਠੀਕ ਹੈ ਜੀ, ਉਹਨੂੰ ਖੋਲ੍ਹ ਕੇ ਆਪਾਂ ਜਿਹੜਾ ਫੋਨ ਇੱਦਾਂ ਐਂ ਐਡਜਸਟ ਕਰ ਸਕਦੇ ਹਾਂ, ਜੇ ਇੱਦਾਂ ਐਡਜਸਟ ਕਰਨਾ ਉੱਦਾਂ ਵੀ ਹੋਜੂਗਾ, ਜਿੱਦਾਂ ਵੀ ਤੁਸੀਂ ਐਡਜਸਟ ਕਰ ਰਹੇ ਦੇ, ਚਾਰ ਦਿੱਤੇ ਹੋਏ ਨੇ, ਇੱਕ ਦੋ ਤਿੰਨ, ਚੌਥਾ ਇੱਕ ਇਹਦੇ ਉੱਤੇ ਲੱਗਾ ਹੋਇਆ, ਜੇ ਆਪਾਂ ਫੋਨ ਇੱਦਾਂ ਕਰਨਾ, ਠੀਕ ਹੈ, ਇਹ ਵੀ ਇਹਦੇ ਇੱਥੇ ਦਿੱਤਾ ਹੋਇਆ, ਤੁਸੀਂ ਕਰ ਸਕਦੇ ਹੋ, ਇੱਥੋਂ ਚੇਂਜ ਕਰ ਸਕਦੇ ਹੋ ਜੇ ਕਰਨਾ ਸਿਸਟਮ ਜਿਵੇਂ ਦਾ ਵੀ, ਬਾਕੀ ਇਹਨੂੰ ਵੀ ਉੱਤੇ ਥੱਲੇ ਕਰ ਸਕਦੇ ਹੋ, ਅਤੇ ਬਹੁਤ ਵਧੀਆ ਸਿਸਟਮ ਆ ਹੁਣ, ਅਤੇ ਅੱਗੇ ਰਿਕਾਰਡ ਕਰਾਂਗੇ ਆਪਾਂ। ਅਤੇ ਆਹ ਸੀਗਾ ਜੀ ਆਪਣਾ ਸਟੈਂਡ ਵਾਲਾ ਸਿਸਟਮ ਸਾਰਾ, ਅਤੇ ਉੱਤੇ ਤੁਸੀਂ ਲਾਈਟ ਵੇਖ ਸਕਦੇ ਹੋ, ਹੁਣ ਤਾਂ ਵੈਸੇ ਜਗਾਈ ਹੋਈ ਆ, ਜਿੱਦਾਂ ਆਪਾਂ ਕਲੋਜ਼ ਕਰਨੀ ਹੈ ਜੇ ਇੱਦਾਂ ਕਰਾਂਗੇ, ਆਟੋਮੈਟਿਕ ਉੱਥੇ ਜਾ ਕੇ ਲੱਗ ਜੂਗੀ, ਅਤੇ ਆਪਾਂ ਬੰਦ ਕਰ ਦਿੰਦੇ ਹਾਂ ਲਾਈਟ। ਅਤੇ ਆਹ ਸੀ ਜੀ ਆਪਣਾ ਸਟੈਂਡ, ਅਤੇ ਆਹ ਆਪਾਂ ਵੀਡੀਓ ਇੱਕ ਵਾਰ ਇੱਥੇ ਹੀ ਰੋਕਦੇ ਹਾਂ, ਨੈਕਸਟ ਪਾਰਟ ਬਣਾਵਾਂਗੇ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਚੁੱਕੀ ਹੈ, ਅਤੇ ਕੁਛ ਚੀਜ਼ਾਂ ਰਹਿ ਗਈਆਂ ਵਿੱਚ ਦੱਸਣ ਵਾਲੀਆਂ, ਜਿੱਦਾਂ ਆਪਣੀਆਂ ਮੋਟਰਾਂ ਵਗੈਰਾ, ਹੋਰ ਇੱਕ ਦੋ ਡੱਬੇ ਨੇ ਉਹ ਦੱਸਾਂਗੇ ਤੁਹਾਨੂੰ, ਅਤੇ ਉਸ ਤੋਂ ਇਲਾਵਾ ਆਪਣਾ ਹੋਰ ਸਮਾਨ ਪਿਆ ਹੈ ਜਿੰਨੇ ਵੀ ਸੰਦ ਵਗੈਰਾ ਨੇ, ਠੀਕ ਹੈ ਜੀ, ਉਹ ਤੁਹਾਨੂੰ ਅੱਗੇ ਸਾਰੀ ਵੀਡੀਓ 'ਚ ਅਗਲੀ ਨੈਕਸਟ ਪਾਰਟ 'ਚ ਦੱਸਾਂਗੇ ਡਿਟੇਲ 'ਚ। ਹੋਰ ਆਪਾਂ ਜਿਹੜਾ ਫਿਊਚਰ 'ਚ ਟਰੈਕਟਰ ਸ਼ੁਰੂ ਕਰਨ ਲੱਗੇ ਹਾਂ ਬਣਾਉਣ ਵਾਲੇ, ਉਹਨਾਂ ਦੀਆਂ ਵੀ ਸਾਰੀਆਂ ਥੋੜ੍ਹੀਆਂ ਥੋੜ੍ਹੀਆਂ ਕਲਿੱਪਾਂ ਤੁਹਾਨੂੰ ਇਸੇ ਚੈਨਲ 'ਤੇ ਮਿਲਦੀਆਂ ਰਹਿਣਗੀਆਂ ਆਪਣੀਆਂ, ਅਤੇ ਕੁਛ ਆਪਣੀਆਂ ਡਰਿੱਲ ਦਾ ਵੀ ਜਿਹੜਾ ਨਵਾਂ ਬਣਾਇਆ ਆਪਾਂ, ਬੈਟਰੀ ਵਾਲਾ ਚਾਰਜਰ, ਇਹਦੇ ਬਾਰੇ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਨੈਕਸਟ ਵੀਡੀਓ 'ਚ। ਅਤੇ ਫਿਲਹਾਲ ਇਸ ਵੀਡੀਓ 'ਚ ਆਪਾਂ ਇੰਨਾ ਹੀ ਦੱਸਣਾ ਸੀਗਾ, ਅਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ, ਕਿੱਦਾਂ ਹੀ ਲੱਗੀ ਵੀਡੀਓ ਜ਼ਰੂਰ ਦੱਸਿਓ, ਅਤੇ ਜਿਹੜੇ ਵੀਰ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।